ਮੈਂ ਸ਼ੁਰੂਆਤ ਕਰਾਂਗਾ ਆਮ ਆਦਮੀ ਪਾਰਟੀ ਤੋਂ। ਸੰਘੜਾ ਸਾਹਿਬ, ਇਹ 2 ਸਾਲ ਦਾ ਫਤਵਾ ਮੈਂ ਇਸ ਕਰਕੇ ਇੱਥੋਂ ਸ਼ੁਰੂਆਤ ਕਰ ਰਿਹਾ ਕਿਉਂਕਿ ਹਾਰ ਜਿੱਤ ਤਾਂ ਦੇਖੋ ਹੁੰਦੀ ਹੈ, ਜਦੋਂ ਕੋਈ 2 ਟੀਮਾਂ ਖੇਡਦੀਆਂ ਨੇ ਜਾਂ ਵੱਧ ਖੇਡਦੀਆਂ ਨੇ ਜਾਂ ਕੋਈ ਚੋਣ ਮੈਦਾਨ ਦੇ ਵਿੱਚ ਉਤਰਦਾ, ਹਾਰ ਜਿੱਤ ਤਾਂ ਇੱਕ ਦੀ ਹੋਣੀ ਹੈ, ਬਾਕੀਆਂ ਨੇ ਹਾਰਨਾ। ਫਤਵਾ ਕੀ ਵਾਕਈ ਹੀ ਤੁਹਾਨੂੰ ਲੱਗਦਾ ਕਿ 2 ਸਾਲ ਦੇ ਕੰਮ ਦੇ ਉੱਤੇ ਫਤਵਾ ਤੁਹਾਡੇ ਹੱਕ ਦੇ ਵਿੱਚ ਪੰਜਾਬ ਦੇ ਲੋਕ ਸੁਣਾ ਦੇਣਗੇ? ਗੌਰਵ ਜੀ, ਲੱਗਦਾ ਵੀ ਹੈ ਔਰ ਹੋਏਗਾ ਇਹ, ਅਸੀਂ ਮਿਹਨਤ ਵੀ ਕਰ ਰਹੇ ਹਾਂ। ਭਗਵੰਤ ਮਾਨ ਸਾਹਿਬ ਨੇ ਅੱਜ ਵੀ ਕਿਹਾ ਆ ਕਿ ਮੈਂ ਇਸ ਤੋਂ ਵੀ ਦੁੱਗਣੀ ਤਿੱਗਣੀ ਮਿਹਨਤ ਕਰਨ ਨੂੰ ਤਿਆਰ ਹੈ, ਕਿਉਂਕਿ ਹਿਸਟਰੀ 'ਚ ਇਹ ਪਹਿਲੀ ਵਾਰੀ ਹੋਇਆ ਆ ਕਿ ਚੁਣੇ ਹੋਏ ਮੁੱਖ ਮੰਤਰੀ ਨੇ ਪਹਿਲੇ 2 ਸਾਲ ਦੇ ਵਿੱਚ ਹੀ ਇੰਨੇ ਕੰਮ ਕਰਤੇ ਹੋਣਗੇ। ਸਾਡੀਆਂ ਮੇਜਰ 5 ਗਰੰਟੀਆਂ ਸੀਗੀਆਂ, ਉਹਨਾਂ 'ਚੋਂ 4 ਗਰੰਟੀਆਂ ਤਾਂ ਪੂਰੀਆਂ ਕੀਤੀਆਂ ਭਗਵੰਤ ਮਾਨ ਸਾਹਿਬ ਨੇ, ਤੇ ਹੋਰ ਸਾਡੇ ਕੋਲ ਬਹੁਤ ਕੁਛ ਹੈ ਦੱਸਣ ਨੂੰ। ਜੇ ਮੈਂ ਇੱਕ ਪਾਸਿਓਂ ਸ਼ੁਰੂ ਹੋ ਜਾਵਾਂ, ਚਾਹੇ ਉਹ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਆ, ਚਾਹੇ ਉਹ ਪੈਨਸ਼ਨ ਜਿਹੜੀ 1 ਪੈਨਸ਼ਨ ਕਰਨੀ ਆ ਸੰਸਦ ਮੈਂਬਰਾਂ ਦੀ, ਵਿਧਾਨ ਸਭਾ ਦੇ ਮੈਂਬਰਾਂ ਦੀ 5-5, 6-6 ਪੈਨਸ਼ਨਾਂ ਤੋਂ 1 ਪੈਨਸ਼ਨ ਕਰਨੀ ਹੈ, ਚਾਹੇ ਉਹ ਫ੍ਰੀ ਬਿਜਲੀ ਦੀ ਗੱਲ ਹੈ, ਚਾਹੇ ਉਹ 43 ਨੌਕਰੀਆਂ ਦੇਣ ਦੀ ਗੱਲ ਹੈ। ਠੀਕ ਹੈ, ਮੇਰਾ ਸਵਾਲ ਇਹ ਹੈ ਸੰਘੜਾ ਸਾਹਿਬ, ਆਮ ਤੌਰ ਤੇ ਇਹ ਗੱਲਾਂ ਪੱਤਰਕਾਰ ਕਰਦੇ ਹੁੰਦੇ ਨੇ ਕਿ ਦੇਖੋ ਜੇਕਰ ਤੁਸੀਂ ਇਸ ਵਾਰ ਜਿੱਤੇ ਤਾਂ ਇਹ ਤੁਹਾਡਾ ਫਤਵਾ ਹੋਏਗਾ ਕੰਮ ਦੇ ਉੱਤੇ, ਜਾਂ ਫਿਰ ਤੁਹਾਡੇ ਵਿਰੋਧੀ ਕਰਦੇ ਨੇ ਕਿ ਜੇਕਰ ਇਸ ਵਾਰ ਰਿਜ਼ਲਟ ਆਇਆ ਤੁਹਾਡੇ ਹੱਕ ਦੇ ਵਿੱਚ ਜਾਂ ਨਾ ਆਇਆ ਤਾਂ ਉਹ ਫਿਰ ਇੱਕ ਤਰੀਕੇ ਨਾਲ ਲੋਕਾਂ ਦਾ ਫਤਵਾ ਹੋਏਗਾ 2-2.5 ਸਾਲ ਦੇ ਕੰਮਾਂ ਦਾ, ਇਹ ਤੁਸੀਂ ਖੁਦ ਕਹਿ ਰਹੇ ਹੋ। ਨਹੀਂ ਦੇਖੋ, ਆਪਣਾ ਦੇਖੋ ਸਪਸ਼ਟ ਤੌਰ ਤੇ ਇਹ ਵੀ ਪਹਿਲੀ ਵਾਰ ਹੈ ਭਗਵੰਤ ਮਾਨ ਸਾਹਿਬ ਮੁੱਦਿਆਂ ਤੇ ਹੀ ਵੋਟ ਮੰਗ ਰਹੇ ਨੇ, ਕੰਮ ਦੇ ਆਧਾਰ ਤੇ ਹੀ ਵੋਟ ਮੰਗ ਰਹੇ ਨੇ, ਕੰਮ ਹੀ ਕਰਨ ਦੀ ਗੱਲ ਕਰ ਰਹੇ ਨੇ, ਬਾਕੀ ਤਾਂ ਕੁਛ ਸੁਣਦਾ ਹੀ ਨਹੀਂ ਹੈ। ਚਲੋ, ਮੇਰਾ ਇੱਕ ਹੋਰ ਬਹੁਤ ਛੋਟਾ ਜਿਹਾ ਸਵਾਲ ਹੈ, ਮੇਰਾ ਬਹੁਤ ਛੋਟਾ ਜਿਹਾ ਸਵਾਲ ਹੈ, ਤੁਹਾਡਾ ਪੁਆਇੰਟ ਆ ਗਿਆ ਸੰਘੜਾ ਸਾਹਿਬ। ਇਹ ਫਤਵਾ ਕਾਂਗਰਸ ਦੇ 5 ਸਾਲ 2017-22 5 ਸਾਲ ਬਨਾਮ 2.5 ਸਾਲ ਹੈ, ਜਾਂ ਅਕਾਲੀ ਦਲ ਦੇ 10 ਸਾਲ ਬਨਾਮ 2.5 ਸਾਲ ਹੈ, ਜਾਂ ਫਿਰ ਕੇਂਦਰ ਦੀ ਬੀਜੇਪੀ ਦੀ ਸਰਕਾਰ ਦੇ 10 ਸਾਲ ਬਨਾਮ 2.5 ਸਾਲ ਹੈ, ਇਹ ਕਿਹੜਾ ਫਤਵਾ ਤੁਸੀਂ ਕਿਹੜੇ ਆਧਾਰ ਤੇ ਮੰਗ ਰਹੇ ਹੋ? ਇਹ ਤਿੰਨਾਂ ਦੇ ਆਧਾਰ ਤੇ ਹੀ ਹੈ। ਜੋ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਪੇੜਾ ਗਰਕ ਕੀਤਾ ਆ ਉਹਨੂੰ ਸੁਧਾਰਨ ਵਾਸਤੇ ਵੀ ਆ, ਤੇ ਜੋ ਇੰਡੀਆ ਪੱਧਰ ਤੇ ਬੀਜੇਪੀ ਜਮਹੂਰੀਅਤ ਦਾ ਘਾਣ ਕਰ ਰਹੀ ਹੈ, ਸੰਵਿਧਾਨ ਨੂੰ ਬਦਲਣ ਤੇ ਤੁਰੀ ਹੋਈ ਹੈ, ਜਮਹੂਰੀਅਤ ਦਾ ਘਾਣ ਕਰਨ ਤੇ ਤੁਰੀ ਹੋਈ ਹੈ, ਦੇਸ਼ ਨੂੰ ਬਚਾਉਣ ਲਈ, ਸੰਵਿਧਾਨ ਨੂੰ ਬਚਾਉਣ ਲਈ, ਜਮਹੂਰੀਅਤ ਨੂੰ ਬਚਾਉਣ ਲਈ, ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਭਗਵੰਤ ਮਾਨ ਸਾਹਿਬ ਜਿਹੜੇ ਆ ਇੰਨਾ ਕੰਮ ਕਰ ਰਹੇ ਆ, ਉਹਦੇ ਵਾਸਤੇ ਅਸੀਂ ਵੋਟ ਮੰਗ ਰਹੇ ਹਾਂ। 5800 ਕਰੋੜ ਰੁਪਇਆ ਅਜੇ ਵੀ ਰੋਕੀ ਬੈਠੇ ਆ, ਜੇ ਸਾਡੇ ਉੱਥੇ 13 ਜਾਣਗੇ ਅਸੀਂ ਦਬਾਅ ਇੰਨਾ ਪਾਵਾਂਗੇ ਕਿ ਜੋ ਸੈਂਟਰ ਤੋਂ ਸਾਡੇ ਹੱਕ ਬਣਦੇ ਉਹ ਵੀ ਲਵਾਂਗੇ। ਪੰਜਾਬ ਵਿੱਚ ਤਾਂ ਭਗਵੰਤ ਮਾਨ ਸਾਹਿਬ ਕੰਮ ਕਰ ਹੀ ਰਹੇ ਆ। ਠੀਕ ਹੈ, ਚਲੋ ਆਪਾਂ ਅੱਗੇ ਵੱਧਦੇ ਹਾਂ ਸਾਰੇ ਮਹਿਮਾਨਾਂ ਦਾ, ਇੱਕ ਵਾਰ ਮੈਂ ਰੁਕ ਕਰ ਲਵਾਂ, ਮੈਨੂੰ ਲੱਗਦਾ ਧਾਲੀਵਾਲ ਸਾਹਿਬ ਵੀ ਇਸ ਦੇ ਉੱਤੇ ਜਵਾਬ ਦੇਣਗੇ, ਪਰ ਪਹਿਲਾਂ ਮੈਂ ਰੁਕ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ 2022 ਤੋਂ ਪਹਿਲਾਂ 5 ਸਾਲ ਸੱਤਾ ਰਹੀ ਹੈ ਕਾਂਗਰਸ ਦੀ। ਖੜਿਆਲ ਸਾਹਿਬ ਤੁਹਾਡੇ ਤੁਹਾਡਾ ਮੈਂ ਰੁਕ ਕਰਾਂਗਾ। ਸੀਐਮ ਕਹਿ ਰਹੇ ਨੇ ਕਿ ਫਤਵਾ ਸੁਣਾ ਦਿਓ, 13-0 ਕਰ ਦਿਓ, 13 ਬਾਹਾਂ 13 ਜ਼ੁਬਾਨਾਂ ਸਾਨੂੰ ਦੇ ਦਿਓ, ਫਿਰ ਜਿਹੜਾ ਵਿਕਾਸ ਆ ਉਹ ਤਿੱਗਣਾ ਚੌਗਣਾ ਮੈਂ ਕਰ ਦੇਵਾਂਗਾ, ਹਨੇਰੀ ਲਿਆ ਦੇਵਾਂਗਾ। ਦੇਖੋ ਗੱਲ ਇਹ ਹੈ ਕਿ ਸਿੱਧੇ ਤੌਰ ਦੇ ਉੱਤੇ ਉਹ ਤੁਹਾਡੇ 5 ਸਾਲ ਦੇ ਕਾਰਜਕਾਲ ਦੇ ਬਰਾਬਰ 2.5-2.5 ਸਾਲ ਦਾ ਜ਼ਿਕਰ ਕਰਦੇ ਨੇ, 10 ਸਾਲ ਕੇਂਦਰ ਦੇ ਤਾਂ ਹੈਗੇ ਹੀ ਨੇ। ਦੇਖੋ ਗੌਰਵ ਜੀ, ਜਦੋਂ ਇਹ ਕੰਮ ਦੇ ਬੇਸਿਸ ਤੇ ਵੋਟ ਮੰਗਦੇ ਆ ਨਾ, ਕਹਿੰਦੇ ਆ ਵੀ ਸਾਨੂੰ ਫਤਵਾ ਕੰਮ ਦੇ ਬੇਸਿਸ ਤੇ ਦਿਓ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਮਾਨ ਸਾਹਿਬ ਦਾ, ਕਿਉਂਕਿ ਇਹਦਾ ਰਿਜ਼ਲਟ ਕੀ ਹੋਊਗਾ, ਇਹ ਨੈਗੇਟਿਵ 'ਚ ਚਲੇ ਜਾਣਗੇ, ਜ਼ਮਾਨਤਾਂ ਜ਼ਬਤ ਹੋ ਜਾਣਗੀਆਂ ਆਮ ਆਦਮੀ ਪਾਰਟੀ ਦੀਆਂ, ਜਿਹੜੇ ਜਿਹੜੇ ਤੁਹਾਡੇ ਫੇਲੀਅਰਸ ਰਹੇ ਹੈ, 4 ਮਹੀਨਿਆਂ 'ਚ ਨਸ਼ਾ ਖਤਮ ਕਰ ਦਾਂਗੇ, 24 ਘੰਟੇ 'ਚ ਬੇਅਦਬੀ ਮਾਮਲੇ 'ਚ ਇਨਸਾਫ ਕਰ ਦਾਂਗੇ,
1000 ਮਹਿਲਾਵਾਂ ਨੂੰ ਦੇ ਦਾਂਗੇ। ਉਹਦੇ ਤਾਂ ਫੇਲੀਅਰ ਜਿਹੜੇ ਹੈ ਲੋਕਾਂ ਨੇ ਲਾਲ ਪੈਨ ਦੇ ਨਾਲ ਲਾਲ ਡਾਇਰੀ ਦੇ ਵਿੱਚ ਹਾਈਲਾਈਟ ਕਰਕੇ ਰੱਖੇ ਹੋਏ ਤੇ ਜਵਾਬ ਕਹਿੰਦੇ ਸੀ 5 ਦੇ ਵਿੱਚੋਂ 4 ਗਰੰਟੀਆਂ ਪੂਰੀਆਂ ਕਰ ਦਿੱਤੀਆਂ। ਕਿਹੜੀਆਂ ਗਰੰਟੀਆਂ ਗੌਰਵ ਜੀ? ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ। ਇਹ ਕਹਿੰਦੇ 13-0 ਹੋਣ ਜਾ ਰਹੇ ਤੇ 2 ਅਰਥ ਹੈ ਜੀ। ਇੱਕ ਅਰਥ ਹੈ ਕਿ 13 ਕਾਂਗਰਸ ਪਾਰਟੀ ਤੇ 0 ਆਮ ਆਦਮੀ ਪਾਰਟੀ ਹੋਣ ਜਾ ਰਿਹਾ। ਮਾਨ ਸਾਹਿਬ ਇਹ ਦੇਖ ਪਾ ਰਹੇ ਕਿਉਂਕਿ ਪਤਾ ਵੀ ਕੰਮ ਤਾਂ ਕੋਈ ਕੀਤਾ ਨਹੀਂ, ਮੈਨੀਫੈਸਟੋ ਨੂੰ ਹੱਥ ਲਾਇਆ ਨਹੀਂ, ਗਰੰਟੀ ਕਹਿਤੀ ਲੇਕਿਨ ਉਹਨੂੰ ਗਰੰਟੀ ਵੀ ਨਹੀਂ ਸਮਝਿਆ। ਦੂਜਾ ਮਤਲਬ 13-0 ਦਾ ਕੀ ਹੈ ਤੇ ਬਹੁਤ ਅਹਿਮ ਹੈ ਡਿਬੇਟ ਦੇ ਵਿੱਚ, ਤੇ ਮੈਂ ਉਮੀਦ ਕਰਦਾ ਡਾਇਰੈਕਸ਼ਨ ਇਹਦੀ ਉਧਰ ਵੱਲ ਜਾਊਗੀ ਇਹ ਡਿਬੇਟ ਦੀ। 13-0 ਦਾ ਮਤਲਬ ਹੈ ਮਾਨ ਸਾਹਿਬ ਦਾ ਕਿ 13 ਮੇਲ ਕੈਂਡੀਡੇਟ ਸਾਡੇ ਕੈਂਡੀਡੇਟਸ ਹੋਣਗੇ ਤੇ 0 ਫੀਮੇਲ ਕੈਂਡੀਡੇਟ। ਗੌਰਵ ਜੀ ਇੰਨੀ ਅਨਫੋਰਚੁਨੇਟ ਗੱਲ ਹੈ ਇਹ, ਇੰਨੀ ਮੰਦਭਾਗੀ ਗੱਲ ਹੈ ਕਿ ਇਹਨਾਂ ਨੇ ਇੱਕ ਮਹਿਲਾ ਨੂੰ ਨਹੀਂ ਕੰਸਿਡਰ ਕੀਤਾ ਆਪਦੀ ਕੈਂਡੀਡੇਟ ਲਿਸਟ ਦੇ ਵਿੱਚ। ਮੈਂ ਪੁੱਛੂੰਗਾ ਆਮ ਆਦਮੀ ਪਾਰਟੀ ਨੂੰ, ਕਿਉਂ ਜੀ ਕੋਈ ਮਹਿਲਾ ਤੁਹਾਨੂੰ ਕੰਪੀਟੈਂਟ ਨਹੀਂ ਲੱਗੀ ਪੰਜਾਬ ਦੇ ਵਿੱਚ, ਤੁਹਾਡੀ ਟਿਕਟ ਹੋਲਡਰ ਹੋ ਸਕਦੀ ਸੀ ਜੋ ਪੰਜਾਬ ਦੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾ ਸਕਦੀ ਸੀ, ਜੋ ਜਿੱਤ ਸਕਦੀ ਸੀ। ਅੱਛਾ ਇੱਕ ਉਦਾਹਰਨ ਨਹੀਂ ਹੈ, ਆਮ ਆਦਮੀ ਪਾਰਟੀ ਮਹਿਲਾ ਔਰਤ ਵਿਰੋਧੀ ਹੈ, ਮੈਂ ਤੁਹਾਨੂੰ ਦੱਸਦਾ ਕਿਵੇਂ ਗੌਰਵ ਜੀ? ਨਹੀਂ ਵਿਨੇਬਿਲਿਟੀ ਹੁੰਦੀ ਹੈ ਨਾ, ਪਾਰਟੀਆਂ ਕਹਿੰਦੀਆਂ ਕਿ ਵਿਨੇਬਿਲਿਟੀ ਹੈ, ਉਸ ਹਿਸਾਬ ਦੇ ਨਾਲ ਅਸੀਂ ਟਿਕਟ ਦੇ ਦਿੱਤੀ। ਕਿਸੇ ਮਹਿਲਾ 'ਚ ਵਿਨੇਬਿਲਿਟੀ ਨਹੀਂ ਹੋ ਸਕਦੀ? ਨਹੀਂ ਹੋ ਸਕਦੀ ਹੈ, ਜ਼ਰੂਰੀ ਵੀ ਨਹੀਂ ਕਿ ਉਹਨਾਂ ਦੇ ਵਿੱਚ ਹੀ ਹੋਵੇ। ਨਹੀਂ ਫਿਰ ਇਹ ਕਿਉਂ ਨਹੀਂ ਦਿੰਦੇ? ਮੈਂ ਕਹਿੰਦਾ ਚਲੋ ਮੈਂ ਜਵਾਬ ਲਵਾਂਗਾ। ਨਹੀਂ ਮੈਂ 10 ਸੈਕਿੰਡ ਲੈਣਾ ਗੌਰਵ ਜੀ। ਇੱਕ ਤਾਂ ਆ ਹੋ ਗਿਆ ਕਿ 13 ਮੇਲ 0 ਫੀਮੇਲ, ਇਹ ਪਹਿਲਾ ਉਦਾਹਰਨ। ਦੂਜਾ ਉਦਾਹਰਨ, ਰਾਜ ਸਭਾ 7 MP ਭੇਜੇ ਪੰਜਾਬ 'ਚੋਂ 7, ਉਹਨਾਂ 'ਚ ਵੀ 1 ਮਹਿਲਾ ਨਹੀਂ ਸੀ, 0 ਮਹਿਲਾ, 7 ਦੇ 7 ਮੇਲ। ਫਿਰ ਤੀਜਾ, ਇਹਨਾਂ ਦੇ ਜਿੰਨੇ ਬੁਲਾਰੇ ਇੱਥੇ ਆਉਂਦੇ ਆ ਕਦੇ ਮਹਿਲਾ ਸਪੋਕਸਪਰਸਨ ਇੱਥੇ ਆਏ ਆ ਡਿਬੇਟ ਦੇ ਵਿੱਚ? ਕਦੇ ਆਮ ਆਦਮੀ ਪਾਰਟੀ ਕੋਲ ਸਿੰਗਲ ਫੀਮੇਲ ਸਪੋਕਸਪਰਸਨ ਹੈ? ਚੌਥਾ, 1000 ਕਹਿੰਦੇ ਸੀ ਮਹਿਲਾਵਾਂ ਨੂੰ ਦਵਾਂਗੇ, 1000 ਦੇਣਾ ਤਾਂ ਦੂਰ ਦੀ ਗੱਲ। ਚਲੋ ਮੈਨੂੰ ਅੱਗੇ ਵਧਣ ਦਿਓ, ਤੁਸੀਂ ਤਾਂ ਨੁਕਸਾਨ ਇਹਨਾਂ ਕੀਤਾ ਪੰਜਾਬ ਦੀਆਂ ਮਹਿਲਾਵਾਂ ਨੂੰ, ਪੁਆਇੰਟ ਆ ਗਿਆ ਤੁਸੀਂ ਦੇਖੋ ਪੂਰੀ ਡਿਬੇਟ ਨੂੰ ਫਤਵੇ ਵਾਲੇ ਪੁਆਇੰਟ ਤੋਂ ਲਿਆ ਕੇ ਮਹਿਲਾਵਾਂ ਵਾਲੇ ਕਾਰਨ ਦੇ ਉੱਤੇ ਖੜਾ ਕਰ ਦਿੱਤਾ। ਮੈਂ ਇੱਕ ਵਾਰੀ ਬਿਆਨ ਲੈ ਲਵਾਂ, ਉਸ ਤੋਂ ਬਾਅਦ ਮੈਂ ਅੱਗੇ ਭੁੱਲਰ ਸਾਹਿਬ ਤੇ ਕੁਲਦੀਪ ਧਾਲੀਵਾਲ ਜੀ ਦਾ ਰੁਖ ਕਰਾਂਗਾ। ਸੰਗੇੜਾ ਸਾਹਿਬ, ਤੁਹਾਡਾ ਇੱਥੇ ਰਿਐਕਸ਼ਨ ਜ਼ਰੂਰੀ ਹੈ। ਦੇਖੋ ਇਹ ਜਿਹੜੀ ਮਹਿਲਾਵਾਂ ਦੀ ਗੱਲ ਕਰਦੇ ਨੇ ਕਿ 1000 ਰੁਪਏ ਵਾਲੀ ਗੱਲ, ਉਹ ਤਾਂ ਅਸੀਂ ਪੂਰੀ ਕਰ ਦੇਣੀ ਆ ਗਰੰਟੀ। ਇੱਕ ਗਰੰਟੀ ਮੈਂ ਤਾਂ ਪਹਿਲਾਂ ਹੀ ਕਹਿਤਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ, ਵੀ ਇੱਕ ਗਰੰਟੀ ਰਹਿੰਦੀ ਆ 3 ਸਾਲ ਪਏ ਨੇ, ਹੋਰ ਵੀ ਬਹੁਤ ਕੁਛ ਕਰਾਂਗੇ, ਰੁਜ਼ਗਾਰ ਇਹਨਾਂ ਦੇ ਦਿੱਤਾ ਆ, ਬਾਕੀ ਟੇਲਸ ਤੱਕ ਪਾਣੀ ਪਹੁੰਚਾਤਾ ਹੈ, ਸਕੂਲ ਆਫ ਐਮੀਨੈਂਸ ਬਣ ਗਏ ਆ, ਫ੍ਰੀ ਦਵਾਈਆਂ ਮਿਲਣ ਲੱਗ ਗਈਆਂ, ਬਹੁਤ ਕੰਮ ਕੀਤੇ ਆ, ਗੈਂਗਸਟਰਵਾਦ ਨੂੰ ਨੱਥ ਪਾਈ ਆ, ਆਰ ਪਾਰ ਦੀ ਲੜਾਈ ਨਸ਼ਾਖੋਰੀ ਵਿਰੁੱਧ, ਤੇ ਅੱਜ ਜੋ ਵੀ ਇਹਨਾਂ ਦੇ ਪਿਛਲੇ 10 ਸਾਲ ਦੇ ਵਿੱਚ ਮੋਡਿਊਲ ਖੜੇ ਕੀਤੇ ਸੀਗੇ ਉਹ ਬ੍ਰੇਕ ਕੀਤੇ ਆ, ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਤੇ ਇਹ ਕਾਂਗਰਸੀਆਂ ਦੇ, ਉਹ ਸਾਰਾ ਕੁਛ ਹੀ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਆ, ਉਹ ਵੀ ਪੂਰਾ ਕਰਾਂਗੇ। ਰਹੀ ਗੱਲ ਕੈਂਡੀਡੇਟਸ ਦੀ, ਇਹ ਆਪਣਾ ਤਾਂ ਭੈਣ ਦੇਖ ਰਹੇ ਨੇ, ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਕੀ ਕਰ ਰਹੇ ਨੇ, ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਲੱਭ ਰਹੇ। ਪੀਏਸੀ ਨੇ, ਆਮ ਆਦਮੀ ਪਾਰਟੀ ਦੀ ਪੀਏਸੀ ਨੇ ਕੈਂਡੀਡੇਟ ਦੇਖਣੇ ਆ, ਵਿਨੇਬਿਲਿਟੀ ਦੇ ਹਿਸਾਬ ਨਾਲ ਵੀ ਆਫ ਕੋਰਸ ਸਾਡੇ ਬੜੇ ਸਟਰੋਂਗ ਮਹਿਲਾ ਕੈਂਡੀਡੇਟਸ ਵੀ ਹੈਗੇ ਨੇ, ਉਹ ਸੰਸਦ ਚ ਨੇ, ਉਹ ਅਸੀਂ ਸੰਸਦ ਚ ਨਹੀਂ ਉਹਨਾਂ ਨੂੰ ਵਿਦਡ੍ਰਾ ਕਰਨਾ ਚਾਹੁੰਦੇ, ਇਹ ਸਾਡੀ ਮਰਜ਼ੀ ਹੈ। ਇਹ ਆਮ ਆਦਮੀ ਪਾਰਟੀ ਨੇ ਦੇਖਣਾ ਆ ਕਿ ਕਿੱਦਾਂ ਗਰੋਥ ਕਰਨੀ ਹੈ। ਮਹਿਲਾਵਾਂ ਨੂੰ ਬਹੁਤ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ, ਬਲਜਿੰਦਰ ਕੌਰ ਤੋਂ ਲੈ ਕੇ ਡਾਕਟਰ ਮਹਿਲਾਵਾਂ ਜਿਹੜੀਆਂ ਸੰਸਦ ਵਿੱਚ ਨੇ, ਜਿਹੜੀਆਂ ਲੀਡਰਸ਼ਿਪ ਵਿੱਚ ਵੀ ਬਹੁਤ ਜ਼ਿਆਦਾ, 13 ਦੀਆਂ 13 ਸੀਟਾਂ ਦੇ ਉੱਤੇ ਤੁਹਾਨੂੰ ਕੋਈ ਅਜਿਹੀ ਮਹਿਲਾ ਨਹੀਂ ਲੱਭੀ ਜਿਹੜੀ ਵਿਨੇਬਿਲਿਟੀ ਜਿਸ ਦੀ ਹੋਵੇ? ਨਹੀਂ ਲੱਭੀ ਦੀ ਗੈਰਤਰ ਸੰਗਤ ਹੈ ਗੱਲ, ਇਹ ਅਸੀਂ ਕਿਉਂ ਕਹਿੰਦੇ ਨਹੀਂ ਲੱਭੀ, ਅਸੀਂ ਦੇਖਣਾ ਨਾ ਕਿੱਥੋਂ ਕਿੱਧਰ ਨੂੰ ਜਾਣਾ ਆ। ਇਹ ਬਹੁਤ ਜ਼ਿਆਦਾ ਮਹਿਲਾਵਾਂ ਨੂੰ ਖੜਿਆਲ ਜੀ ਤਾਂ ਬਹੁਤ ਰਿਸਰਚ ਕਰਕੇ ਉਸਦੇ ਉੱਪਰ ਇਸ ਕਰਕੇ ਵੀ ਆਏ ਨੇ ਕਿਉਂਕਿ ਪੰਜਾਬ ਦੀ, ਦੇਸ਼ ਦੀ, ਦੁਨੀਆਂ ਦੀ ਅੱਧੀ ਆਬਾਦੀ ਕਿਹਾ ਜਾਂਦਾ ਮਹਿਲਾਵਾਂ ਨੂੰ,
ਤੇ ਉਹ ਉਸੇ ਤਰੀਕੇ ਨਾਲ ਅੱਜ ਆਏ ਨੇ ਕਿ ਮਹਿਲਾਵਾਂ ਦਾ ਮੁੱਦਾ ਉਹਨਾਂ ਨੇ ਜ਼ਰੂਰ ਚੁੱਕਣਾ। ਚਲੋ ਮੈਂ ਗਰੋਇੰਗ ਪਾਰਟੀ ਹੈ ਗੌਰਵ ਜੀ, ਗਰੋਇੰਗ ਪਾਰਟੀ ਹੈ, ਅਸੀਂ ਬਹੁਤ ਅੱਗੇ ਲਿਆ ਰਹੇ ਹਾਂ। ਠੀਕ ਹੈ ਸਰ, ਥੋੜਾ ਇੰਤਜ਼ਾਰ ਕਰਿਓ, ਇੱਕ ਵਾਰ ਥੋੜਾ ਇੰਤਜ਼ਾਰ ਕਰਿਓ, ਆਪਾਂ ਸਾਰਿਆਂ ਨੂੰ ਐਡ ਕਰ ਲਈਏ। ਮੈਨੂੰ ਪਤਾ ਸੀ ਕਿ ਉਹ ਮੁੱਦਾ ਇਸ ਤਰੀਕੇ ਦਾ ਉਹਨਾਂ ਨੇ ਚੁੱਕੇ, ਮੈਂ ਬੈਕ ਟੂ ਬੈਕ ਤੁਹਾਡੇ ਕੋਲ ਆਇਆ। ਹੁਣ ਇੱਕ ਵਾਰੀ ਥੋੜਾ ਇੰਤਜ਼ਾਰ ਕਰਿਓ, ਮੈਂ ਭੁੱਲਰ ਸਾਹਿਬ ਔਰ ਕੁਲਦੀਪ ਜੀ ਦਾ ਰੁਖ ਕਰ ਲਵਾਂ। ਪਹਿਲਾਂ ਮੈਂ ਕੁਲਦੀਪ ਜੀ ਦਾ ਰੁਖ ਕਰਦਾ। ਕੁਲਦੀਪ ਧਾਲੀਵਾਲ ਜੀ, ਬੀਜੇਪੀ ਦੇ 10 ਸਾਲ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿਚਾਲੇ ਆ ਰਹੇ ਹੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਲੈ ਕੇ ਆ ਰਹੇ ਹੋ, ਮੁੱਖ ਮੰਤਰੀ ਕਹਿ ਰਹੇ ਨੇ ਕਿ ਸੰਸਦ ਦੇ ਵਿੱਚ ਵੀ ਭਗਵੰਤ ਮਾਨ। ਦੂਜਾ ਪੁਆਇੰਟ ਦੇਖੋ, ਚਿਹਰਿਆਂ ਦੇ ਬਨਾਮ ਚਿਹਰਿਆਂ ਵਾਲੀ ਜੰਗ ਹੈ, ਔਰ ਪੰਜਾਬ ਦੇ ਵਿੱਚ ਸੀਐਮ ਦੇ ਚਿਹਰੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਕੁਲਦੀਪ ਧਾਲੀਵਾਲ, ਤੇ ਸੀਐਮ ਕਹਿ ਰਹੇ ਨੇ ਕਿ ਜੇ ਤੁਸੀਂ ਫਤਵਾ ਸੁਣਾ ਰਹੇ ਹੋ ਤਾਂ ਫਿਰ ਕੰਮ ਦੇ ਨਾਮ ਤੇ ਉਹ ਫਤਵਾ ਹੋਏਗਾ ਜਿਹੜੇ ਮੈਂ ਕੰਮ ਕੀਤੇ ਨੇ। ਜਿਸ ਹਿਸਾਬ ਨਾਲ ਸੀਐਮ ਸਾਹਿਬ ਬੋਲ ਰਹੇ ਸੀ, ਕਿਤੇ ਪੰਜਾਬ ਦੇ ਵਿੱਚ ਸ਼ਰ੍ਹਾਂ ਲੱਗੀ ਹੋਈ, ਫਤਵੋ ਫਤਵੀ ਹੋਇਆ ਪਿਆ। ਵੈਸੇ ਤਾਂ ਇੱਕ ਗੱਲ ਤੁਹਾਡੇ ਦਰਸ਼ਕਾਂ ਨੂੰ ਮੈਂ ਦੱਸਦਾ, ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਜੀ, ਸਾਡੇ ਪੰਜਾਬ ਦੇ ਵਿੱਚ ਜਿਹੜੀ ਰੋਹਿੰਗਿਆਂ ਦੀ ਆਬਾਦੀ ਹੈ ਉਹ ਵੱਧ ਚੁੱਕੀ ਹੈ, ਔਰ ਜੇ ਤੁਸੀਂ ਇੰਡੈਕਸ ਵੀ ਚੱਕੋਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ 4.5 ਲੱਖ ਇਹਨਾਂ ਨੇ ਲਿਆ ਕੇ ਵਸਾਤੇ ਆ। ਉਹ ਇਹ ਜਿਹੜੇ ਹੈਗੇ ਆ ਉਹਨਾਂ ਦੀਆਂ ਕਿਵੇਂ ਇਹਨਾਂ ਨੇ ਵੋਟਾਂ ਬਣਾਈਆਂ, ਉਹ ਕੀਤੀਆਂ, ਉਹਦੇ ਕਰਕੇ ਫਤਵੋ ਫਤਵੀ ਜਿਵੇਂ ਸ਼ਰ੍ਹਾਂ ਲੱਗੀ ਹੁੰਦੀ, ਤਾਲਿਬਾਨ ਦਾ ਰਾਜ ਆ ਗਿਆ ਹੁੰਦਾ, ਉਹ ਗੱਲਾਂ ਕਰਦੇ ਪਏ। ਔਰ ਸੱਚੀ ਵੀ ਆਇਆ ਵਾ, ਤੁਸੀਂ ਦੇਖੋ ਤਾਲਿਬਾਨ ਦੇ ਰਾਜ ਚ ਮਹਿਲਾਵਾਂ ਨੂੰ ਜਿਹੜਾ ਹੈਗਾ ਬਿਲਕੁਲ ਬੁਰਕੇ ਅੰਦਰ ਰੱਖਿਆ ਜਾਂਦਾ, ਤੇ ਇਹਨਾਂ ਨੇ ਤਾਂ ਟਿਕਟ ਤੱਕ ਨਹੀਂ ਦਿੱਤੀ, ਉਹਨਾਂ ਨੇ 1000-1000 ਰੁਪਇਆ ਕਹਿ ਕੇ ਠੱਗੀ ਮਾਰ ਲਈ। ਇਹਨਾਂ ਨੇ ਤਾਂ ਸ਼ਰੇਆਮ ਜਿਹੜਾ ਉਹ ਤਾਲਿਬਾਨੀ ਰੂਲ ਚਲਾਇਆ, ਔਰ ਛਿੱਤਰ ਨਾਲ ਆਪਦੇ ਵਿਰੋਧੀ ਕੁੱਟ ਕੇ ਉਹਨਾਂ ਦਾ LOP, ਉਹਨਾਂ ਦੇ MLA ਆਪਦੇ MP ਕੈਂਡੀਡੇਟ ਬਣਾਏ, ਔਰ ਤੇ ਜੇ ਕਿਤੇ ਖੁਦਾ ਨਾ ਖਾਸਤਾ ਜਿਹੜੇ ਇਹਨਾਂ ਨੇ ਆਪਦੇ ਖੜੇ ਕੀਤੇ ਆ, ਜਿਹੜੇ MLA ਤੇ ਮੰਤਰੀ ਕੋਈ 1-2 ਜਿੱਤ ਗਏ, ਕਿਤੇ ਜਿਤਾ ਤਾਂ ਕੋਈ 1-13-0 ਤਾਂ ਚਲੋ ਇਹਨਾਂ ਦੇ ਹਵਾਈ ਫੋਕੇ ਫੈਰ ਹੈ, ਹੁਣ ਜਾਣਦਾ 13-0, ਪਰ 1-2 ਜਿੱਤ ਗਿਆ, ਪੰਜਾਬ ਨੂੰ ਪਚੋਣਾਂ ਦਾ ਮੂੰਹ ਦੇਖਣਾ ਪਊ। ਤੁਸੀਂ ਮੈਨੂੰ ਇਹ ਦੱਸੋ ਪੰਜਾਬ ਦੇ ਲੋਕ ਕਿਵੇਂ ਚੱਕਣਗੇ ਕਰਜ਼ਾ ਆਪਦੇ ਸਿਰ ਤੇ, ਅੱਜ ਇਹਨਾਂ ਨੇ ਕਰਜ਼ਾ ਹੋਰ ਚੱਕ ਲਿਆ ਚੋਣਾਂ ਦੀ ਆੜ ਚ। ਨਹੀਂ ਨਹੀਂ ਦੇਖੋ, ਬਾਈ ਇਲੈਕਸ਼ਨ ਦੇ ਤਾਂ ਫਿਰ ਨਹੀਂ, ਬਾਈ ਇਲੈਕਸ਼ਨ ਤਾਂ ਬਹੁਤ ਸਾਰੀਆਂ ਥਾਵਾਂ ਤੇ ਹੁੰਦਾ ਸਰ, ਹਰਿਆਣਾ ਚ ਵੀ ਹੋ ਰਿਹਾ, ₹10 ਕਰੋੜ ਵੱਧ ਹੈ, ਤਾਂ ਉਹ ਇੱਕ ਆਪੋ ਆਪਣਾ ਤਰਕ ਹੋ ਸਕਦਾ। ਗੌਰਵ ਜੀ, ਇਹ ਜਿਹੜਾ ਨਾ ਪੂਰਾ ਅੱਜ ਮੈਂ ਤਾਂ ਜਦੋਂ ਨੋਟਿਸ ਕਰ ਰਿਹਾ ਸੀ ਸਾਰੀ ਕਹਾਣੀ ਨੂੰ, ਮੈਨੂੰ ਤਾਂ ਐ ਲੱਗਣ ਲੱਗ ਗਿਆ ਜਿਵੇਂ ਪੰਜਾਬ ਚ ਇਹਨਾਂ ਨੇ ਸ਼ਰ੍ਹਾਂ ਲਾਤੀ ਤੇ ਤਾਲਿਬਾਨੀ ਰਾਜ ਆ ਗਿਆ। ਵਿਰੋਧੀਆਂ ਨੂੰ ਛਿੱਤਰ ਦਿਖਾਉਣੇ, ਜਿਹੜਾ ਔਰਤਾਂ ਨੂੰ ਨੀਵਾਂ ਦਿਖਾਉਣਾ, ਉਹਨਾਂ ਨੂੰ ਪਿੱਛੇ ਧੱਕਣਾ, ਉਹਨਾਂ ਦਾ ਹੱਕ ਮਾਰ ਲੈਣਾ, ਇਹ ਤਾਂ ਐ ਜੇ ਮੈਨੂੰ ਸਾਰਾ ਅੱਜ ਜੰਮਿਆ, ਬਾਕੀ ਸਾਰਾ ਪੰਜਾਬ ਦੇ ਭਰਾ ਆਪਣੇ ਜਾਣਦੇ ਆ। ਔਰ ਜਿਹੜੇ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ, ਮੈਂ ਇਸ ਪੂਰੀ ਡਿਬੇਟ ਨੂੰ ਇਸ ਚੀਜ਼ ਦੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵਾਰ ਦੀਆਂ ਚੋਣਾਂ ਕੀ ਦੇਸ਼ ਦੇ ਮੁੱਦਿਆਂ ਤੋਂ ਵੱਖ ਹੋਣਗੀਆਂ, ਪੰਜਾਬ ਦੇ ਮੁੱਦਿਆਂ ਤੇ ਹੋਣਗੀਆਂ। ਇਸ ਸਮੇਂ ਦੇਸ਼ ਦੇ ਵਿੱਚ ਮੰਗਲ ਸੂਤਰ, ਇਸ ਸਮੇਂ ਦੇਸ਼ ਦੇ ਵਿੱਚ ਜਿਹੜੀ ਪ੍ਰੋਪਰਟੀ ਵਿਰਾਸਤ ਟੈਕਸ ਦਾ ਬਹੁਤ ਰੌਲਾ ਹੈ, ਰਾਮ ਮੰਦਿਰ ਦੇ ਨਾਮ ਦੇ ਉੱਤੇ ਇਸ ਸਮੇਂ ਬਹੁਤ ਜ਼ਿਕਰ ਹੋ ਰਿਹਾ ਹੈ ਕਿ ਉਹਨਾਂ ਮੁੱਦਿਆਂ ਦੇ ਉੱਤੇ ਹੀ ਵੋਟ ਹੋਏਗੀ ਜਾਂ ਪੰਜਾਬ ਦੇ ਇਸ਼ੂਜ਼ ਦੇ ਉੱਤੇ ਹੋਏਗੀ। ਅੱਜ ਮੈਂ ਇਸ ਦੇ ਉੱਤੇ ਡਿਬੇਟ ਨੂੰ ਸੈਂਟਰਿਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਹਰਜੀਤ ਭੁੱਲਰ ਜੀ ਸਾਡੇ ਨਾਲ ਜੁੜੇ ਹੋਏ ਨੇ, ਮੈਂ ਇੱਕ ਵਾਰ ਉਹਨਾਂ ਦਾ ਰੁਖ ਕਰਨਾ, ਮੈਂ ਫਿਰ ਧਾਲੀਵਾਲ ਜੀ ਤੁਹਾਡੇ ਕੋਲ ਆਉਣਾ। ਹਰਜੀਤ ਭੁੱਲਰ ਜੀ, ਸੀਐਮ ਦੀ ਸਟੇਟਮੈਂਟ ਨੂੰ ਕਿਵੇਂ ਦੇਖ ਰਹੇ ਹੋ? ਦੂਜਾ ਪੁਆਇੰਟ ਇਹ ਹੈ ਕਿ ਜਦੋਂ ਕੋਈ ਆਪਣੇ ਕੰਮ ਦੇ ਉੱਤੇ ਵੋਟ ਮੰਗੇ ਕਿ ਵਾਕਈ ਇਸ ਨੂੰ ਕਿਹਾ ਜਾਵੇ ਕਿ ਦਲੇਰੀ ਦਿਖਾਉਣੀ ਸ਼ੁਰੂ ਕਰ ਦਿੱਤੀ, ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ। ਮੈਨੂੰ ਲੱਗ ਰਿਹਾ ਕਿ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਥੋੜ੍ਹਾ ਜਿਹਾ ਨੈਟਵਰਕ ਦਾ ਇਸ਼ੂ ਲੱਗ ਰਿਹਾ। ਚਲੋ ਮੈਂ ਉਨੀ ਦੇਰ ਸੰਘੇੜਾ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਵਾਂ। ਸੰਘੇੜਾ ਸਾਹਿਬ, ਤੁਸੀਂ ਕੁਲਦੀਪ ਧਾਲੀਵਾਲ ਜੀ ਦਾ ਜਵਾਬ ਦੇਣਾ ਚਾਹੋਗੇ? ਹੈਲੋ,
ਕੁਲਦੀਪ ਧਾਲੀਵਾਲ ਜੀ ਉੱਦਾਂ ਹੀ ਬੋਲੀ ਜਾਂਦੇ ਆ ਕਿ ਚੋਣਾਂ ਦੇ ਨਾਂ ਤੇ ਕਰਜ਼ਾ ਲੈ ਲਿਆ, ਚੋਣਾਂ ਦੇ ਨਾਂ ਤੇ ਵੀ ਕਰਜ਼ਾ ਹੁੰਦਾ ਹੈ ਕੋਈ? ਦੇਖੋ ਇਹਨਾਂ ਨੇ ਦੇਸ਼ ਨੂੰ, ਸਾਰੇ ਦੇਸ਼ ਨੂੰ ਵੇਚ ਦਿੱਤਾ ਤੇ ਜਮਹੂਰੀਅਤ ਲਈ ਖਤਰਾ ਖੜਾ ਕਰ ਰਹੇ ਆ, ਸੰਵਿਧਾਨ ਲਈ ਖਤਰਾ ਖੜਾ ਕਰ ਰਹੇ ਆ। ਅਸੀਂ ਤਾਂ ਭਗਵੰਤ ਮਾਨ ਸਾਹਿਬ ਨੇ ਤਾਂ ਕੰਮ ਦੇ ਨਾਂ ਤੇ ਵੋਟ ਮੰਗੀ ਆ, ਕੰਮਾਂ ਦੇ ਨਾਂ ਤੇ ਵੋਟ ਮੰਗੀ ਆ। ਕੋਈ ਦੱਸਣ ਤਾਂ ਸਹੀ, ਮੈਨੂੰ ਨੀ ਪਤਾ ਹੁਣ ਕਿਹੜੀ ਕਿਹੜੀ ਚੀਜ਼ ਜਿਹੜੀ ਸੋਲਿਡ ਸਾਲੇ ਨਾਲ ਕੀਤੀ ਹੈ ਜਿਹੜਾ, ਹਾਂਜੀ ਜਿਹੜਾ ਜਵਾਬ ਦੇਣਾ ਜ਼ਰੂਰੀ ਆ। ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ, ਤੁਸੀਂ ਉਹੀ ਕਰਜ਼ੇ ਦੀ ਪੰਡ ਭਾਰੀ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ ਇਹਦੇ ਉੱਪਰ ਹੋਰ 1,00,000 ਕਰੋੜ ਦਾ ਕਰਜ਼ਾ ਰੱਖ ਦਿੱਤਾ ਹੈ, ਅਸੀਂ ਤਾਂ ਕਰਜ਼ਾ ਘਟਾ ਰਹੇ ਹਾਂ। ਠੀਕ ਹੈ, ਚਲੋ ਥੋੜੇ ਇੰਤਜ਼ਾਰ ਕਰਿਓ, ਮੈਂ ਇੱਕ ਵਾਰੀ ਮੈਂ ਭੁੱਲਰ ਸਾਹਿਬ ਨੂੰ ਐਡ ਕਰ ਲਵਾਂ, ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ, ਦਰਅਸਲ ਸਕਾਈਪ ਦੇ ਜ਼ਰੀਏ ਜੁੜੇ ਹੋਏ ਨੇ। ਭੁੱਲਰ ਸਾਹਿਬ ਮੇਰੀ ਆਵਾਜ਼ ਤੁਹਾਡੇ ਤੱਕ ਉਮੀਦ ਹੈ ਪਹੁੰਚ ਰਹੀ ਹੋਏਗੀ। ਦੇਖੋ ਮੈਂ ਦੋ ਚੀਜ਼ਾਂ ਸਮਝਣੀਆਂ ਚਾਹ ਰਹੇ ਹਾਂ, ਇੱਕ ਤਾਂ ਸੀਐਮ ਦੀ ਸਟੇਟਮੈਂਟ ਨੂੰ ਕਿਵੇਂ ਦੇਖ ਰਹੇ ਹੋ, ਪਰ ਦੂਜੀ ਗੱਲ ਹੈ ਕਿ ਬਾਕੀ ਤੁਸੀਂ ਇਸ ਨੂੰ ਕਹਿੰਦੇ ਹੋ ਕਿ ਹੌਸਲਾ ਦਿਖਾ ਦਿੱਤਾ, ਕਹਿ ਦਿੱਤਾ ਕਿ ਕੰਮ ਦੇ ਨਾਮ ਦੇ ਉੱਤੇ ਵੋਟ ਪਾ ਦਿਓ, ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਦਿੱਤੀ ਮੁੱਖ ਮੰਤਰੀ ਨੇ। ਆਮ ਤੌਰ ਤੇ ਵਿਰੋਧੀ ਕਹਿੰਦੇ ਨੇ ਕਿ ਇਸ ਵਾਰ ਉਹਨਾਂ ਦੇ ਕੰਮ ਦਾ ਟੈਸਟ ਹੈ, ਜਿਨ੍ਹਾਂ ਦੀ ਵੀ ਸਰਕਾਰ ਹੁੰਦੀ ਹੈ, ਤੁਹਾਡੀ ਸਰਕਾਰ ਸੀ, ਕਾਂਗਰਸ ਦੀ ਸਰਕਾਰ ਰਹੀ ਹੈ, ਜਾਂ ਜਿਨ੍ਹਾਂ ਦੀ ਵੀ ਜਿਹੜੀ ਵੀ ਸਟੇਟ ਸਰਕਾਰ ਹੁੰਦੀ। ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਇੱਕ ਨਾ ਕਹਾਵਤ ਹੈ ਕਿ ਬਸ਼ਰਮ ਦੇ ਢੂਹੀ ਦੇ ਉੱਤੇ ਬੋੜ ਉੱਗ ਗਿਆ ਤੇ ਅਗਲਾ ਕਹਿੰਦਾ ਜੀ ਮੈਂ ਛਾਵੇਂ ਬੈਠਿਆ ਕਰੂੰਗਾ। ਉਹ ਹਾਲ ਸਾਡੇ ਪੀਐਮ ਸਾਹਿਬ ਦਾ ਹੈ, 75,000 ਕਰੋੜ ਰੁਪਏ ਦਾ ਕਰਜ਼ਾ 2 ਸਾਲਾਂ ਚ ਪੰਜਾਬ ਨੂੰ ਦੇ ਤਾ ਉਹਨਾਂ ਨੇ। ਸਨੇੜਾ ਸਾਹਿਬ ਬੈਠੇ ਕਹਿੰਦੇ ਜੀ ਇਹਨੇ ਕਰਜ਼ਾ ਚੜਾ ਤਾ, 70 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦਾ ਕਰਜ਼ਾ ਜਿਹੜਾ ਚੜਿਆ ਸੀਗਾ, ਇਹ 2.5 ਲੱਖ ਕਰੋੜ ਦਾ ਕਰਜ਼ਾ 5 ਸਾਲਾਂ ਚੜਾ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਪੁੱਛੋ ਕਿ ਉਹ 75,000 ਕਰੋੜ ਦੇ ਵਿੱਚੋਂ ਲਾਇਆ ਕੀ ਹੈ, ਕੀਤਾ ਕੀ, ਕੋਈ ਨਵਾਂ ਮੈਡੀਕਲ ਕਾਲਜ ਬਣਾਇਆ ਹੋਵੇ, ਕੋਈ ਨਵਾਂ ਸਕੂਲ ਖੋਲਿਆ ਹੋਵੇ, ਕੋਈ ਨਵਾਂ ITI ਖੋਲਿਆ ਹੋਵੇ, ਕੋਈ ਏਮਸ ਖੋਲਿਆ ਹੋਵੇ, ਕੋਈ ਨਵੀਂ ਸੜਕ ਬਣਾਈ ਹੋਵੇ, ਕੋਈ ਨਵਾਂ ਪੁਲ ਬਣਾਇਆ ਹੋਵੇ, ਕੋਈ ਨਵਾਂ ਰੇਲਵੇ ਸਟੇਸ਼ਨ ਬਣਾਇਆ ਹੋਵੇ, ਕੋਈ ਨਵਾਂ ਹਵਾਈ ਅੱਡਾ ਬਣਾਇਆ ਹੋਵੇ, ਕੀਤਾ ਕੱਖ ਨੀ। ਪੰਜਾਬ ਦਾ ਪੈਸਾ ਲੁੱਟ ਕੇ ਉਹ ਦਿੱਲੀ ਵਾਲੇ ਲਾਲੇ ਦੀ ਜੇਬ ਚ ਪਾਤਾ। ਔਰ ਅਚੀਵਮੈਂਟ ਕੀ ਹੈ ਸਾਡੇ ਭਗਵੰਤ ਮਾਨ ਸਾਹਿਬ ਦੀ ਕਿ ਸਾਰਾ ਹਿੰਦੁਸਤਾਨ ਪੰਜਾਬ ਦੇ ਖਰਚੇ ਤੇ ਹੈਲੀਕਾਪਟਰ ਜਹਾਜ਼ਾਂ ਚ ਬਿਠਾ ਕੇ ਦਿੱਲੀ ਵਾਲੇ ਲਾਲੇ ਨੂੰ ਸਾਰਾ ਹਿੰਦੁਸਤਾਨ ਘੁਮਾਤਾ, ਇੱਕ ਲੀਡਰ ਚਮਕਾਉਣ ਵਾਸਤੇ। ਸਾਰੇ ਹਿੰਦੁਸਤਾਨ ਦੇ ਕਿਹੜੀ ਲੈਂਗੁਏਜ ਦਾ ਅਖਬਾਰ ਹੈ ਜਿਹਦੇ ਵਿੱਚ ਆਪਣੇ ਭਗਵੰਤ ਮਾਨ ਸਾਹਿਬ ਨੇ ਆਪਣੀ ਫੋਟੋ ਨਾ ਲਵਾਈ ਹੋਵੇ? ਕਿਹੜਾ ਸਟੇਟ ਹੈ ਜਿੱਥੇ ਹੋਰਡਿੰਗ ਜਿਹੜੇ ਨੇ ਥਾਂ ਥਾਂ ਉੱਤੇ ਹਵਾਈ ਅੱਡਿਆਂ ਤੇ ਬੱਸ ਸਟੈਂਡਾਂ ਤੇ, ਮੈਂ ਕਹਿੰਦਾ ਜਿਹਨਾਂ ਦਾ ਬੱਸ ਚੱਲੇ ਇਹ ਕੱਚੇ ਬਣਾਉਣ ਤੇ ਵੀ ਆਪਣੀ ਫੋਟੋਆਂ ਲਵਾ ਦੇ ਲੋਕਾਂ ਦੇ, ਹਰ ਜਗ੍ਹਾ ਤੇ ਆਪਣੀ ਫੋਟੋ ਛਾਪੀ। ਠੀਕ ਹੈ, ਇਹ ਅਚੀਵਮੈਂਟ ਹੈ ਸਾਡੇ ਭਗਵੰਤ ਮਾਨ ਸਾਹਿਬ ਦੀ, ਜਿਹੜੇ ਅੱਜ ਜ਼ਿਲ੍ਹੇ ਦੇ ਵਿੱਚ ਜਾ ਕੇ ਬੋਲ ਰਹੇ ਸੀ ਹਰ ਜ਼ਿਲ੍ਹੇ ਚ ਇੱਕ ਮੈਡੀਕਲ ਕਾਲਜ ਦੇਣਾ ਸੀ, 2.5 ਸਾਲ ਨਿਕਲ ਚੱਲੇ ਆ ਕਿ ਉੱਥੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ, ਕੋਈ ਮੈਡੀਕਲ ਕਾਲਜ ਦਿੱਤਾ ਉੱਥੇ, ਕੋਈ ਸਕੂਲ ਨਵਾਂ ਦਿੱਤਾ ਉੱਥੇ, ਕੋਈ ਨਵੀਂ ਸੜਕ ਕੱਢੀ ਉਸ ਜ਼ਿਲ੍ਹੇ ਦੇ ਵਿੱਚ? ਜਿਹੜੇ ਮਹਿਰੂਮ ਨੇਤਾ ਨੂੰ ਇਹ ਯਾਦ ਕਰ ਰਹੇ ਸੀਗੇ ਵੀ ਉਹਨਾਂ ਨੇ ਕੁਛ ਨੀ ਕੀਤਾ, ਬੰਬੇ ਤੋਂ ਆਏ ਸੀ ਬੰਬੇ ਚਲੇ ਗਏ, ਮੈਂ ਸਨੀ ਦਿਓਲ ਦੀ ਗੱਲ ਨਹੀਂ ਕਰਦਾ, ਤੁਸੀਂ ਵੀ ਕਹਿ ਦਿਓ ਨਹੀਂ, ਮੈਂ ਤਾਂ ਉਹੀ ਜਾਣਨਾ ਚਾਹ ਰਿਹਾ। ਫਿਰ ਤੁਹਾਨੂੰ ਲੱਗਦਾ ਕਿ ਬਿਆਨ ਠੀਕ ਹੈ, ਇਹ ਤਾਂ ਅਕਾਲੀ ਦਲ ਜਾਂ ਵਿਰੋਧੀ ਪਾਰਟੀਆਂ ਦੇ ਮੁਤਾਬਿਕ ਸਹੀ ਹੈ? ਨਹੀਂ, ਕੀ ਕਿਸ ਤਰ੍ਹਾਂ ਤੁਸੀਂ ਕਹਿੰਦੇ ਸਹੀ, ਕਿਸ ਨੂੰ ਸਹੀ ਕਹਿ ਰਹੇ? ਜਿਹੜਾ ਜਿਹੜਾ ਸੀਐਮ ਨੇ ਸਟੇਟਮੈਂਟ ਦਿੱਤਾ, ਦੇਖੋ ਸਟੇਟਮੈਂਟ ਜਿਹੜਾ ਦਿੱਤਾ ਹੈ ਮੈਂ ਤੁਹਾਨੂੰ ਦੱਸਤਾ ਕਿ ਸਟੇਟਮੈਂਟ ਇਹੀ ਹੈ ਕਿ ਮੈਂ ਭਗਵੰਤ ਮਾਨ ਸਾਹਿਬ ਦੇ ਕੀਤੇ ਹੋਏ ਕੰਮ ਗਿਣਾ ਰਿਹਾ ਇਸ ਟਾਈਮ ਦਾ। 25,000 ਰੁਪਇਆ ਪਰ ਲੇਡੀ ਜਿਹੜੀ ਹੈ ਉਹਦਾ ਪੈਂਡਿੰਗ ਹੋ ਗਿਆ ਇਹਨਾਂ ਦੇ ਉੱਤੇ, ਅੱਜ ਏਰੀਅਰ ਬਣ ਗਿਆ। ਠੀਕ ਹੈ, ਠੀਕ ਹੈ, ਉਹ ਪੈਂਡਿੰਗ ਹੈ ਜੀ। ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ, ਮੈਂ ਉਸੇ ਜ਼ਿਲ੍ਹੇ ਦੀ ਗੱਲ ਕਰਦਾ ਜਿੱਥੇ ਬਿਆਨ ਦੇ ਰਹੇ ਸੀਗੇ ਜੀ।
ਕਟਾਰੂ ਚੱਕ ਦਾ ਕੀ ਕੀਤਾ ਇਹਨਾਂ ਨੇ? ਕਟਾਰੂ ਚੱਕ ਦੀ ਸੋਚ ਤੇ ਅੱਜ ਵੀ ਪਹਿਰਾ ਦੇ ਰਹੇ ਨੇ ਨਾ, ਉਹਨੂੰ ਬਚਾਇਆ ਜਾ ਰਿਹਾ। ਇਹਨਾਂ ਨੇ ਜਿਹੜੀ ਧਾਰੀਵਾਲ ਤੇ ਕਟਾਰੂ ਚੱਕ ਨੇ ਜ਼ਮੀਨ ਦੱਬੀ, ਸੋਦਾ ਕੀ ਕੀਤਾ? ਉਸੇ ਜ਼ਿਲ੍ਹੇ ਚ ਸੀ ਨਾ ਉਹ ਵੀ ਕੇਸ। ਠੀਕ ਹੈ, ਚਲੋ ਜਵਾਬ ਲੈ ਲਓ। ਮੈਂ ਜਵਾਬ ਲੈਣਾ। ਦੇਖੋ ਦੇਖੋ ਇੱਕ ਮਿੰਟ, ਮੇਰੀ ਗੱਲ ਪੂਰੀ ਹੋਣ ਦਿਓ। ਜੀ ਜੀ, ਮੈਨੂੰ ਸਿੰਘੇੜਾ ਸਾਹਿਬ ਇੱਕ ਕੰਮ, ਇੱਕ ਸਿੰਗਲ ਕੰਮ ਉਸ ਜ਼ਿਲ੍ਹੇ ਦਾ ਗਿਣਾ ਦੇਣ। ਕੋਈ ਸੜਕ ਬਣਾਈ ਹੋਵੇ, ਕੋਈ ਮੈਡੀਕਲ ਕਾਲਜ ਬਣਾਇਆ ਹੋਵੇ, ਕੋਈ ITI ਬਣਾਈ ਹੋਵੇ, ਨਵੇਂ ਸਕੂਲ ਦੀ ਬਿਲਡਿੰਗ ਬਣਾਈ ਹੋਵੇ, ਕੋਈ ਹਾਸਪਿਟਲ ਦੀ ਬਿਲਡਿੰਗ ਬਣਾਈ ਹੋਵੇ, ਕੋਈ ਇੱਕ ਕੰਮ ਗਣਾ ਦੇਣ, ਕਿੱਟ ਲਾਈ ਹੋਵੇ ਕਿਤੇ, ਤੇ ਮੈਂ ਬਣ ਜੂਗਾ ਵੀ ਹਾਂ ਸਿੰਘੇੜਾ ਸਾਹਿਬ। ਚਲੋ ਠੀਕ ਹੈ, ਮੈਂ ਜਵਾਬ ਲੈਣਾ। ਪੁਆਇੰਟ ਆਇਆ, ਤੁਹਾਡਾ ਪੁਆਇੰਟ ਆਇਆ, ਜਵਾਬ ਲੈਣੇ। ਪਰ ਇੱਕ ਵਾਰ ਪਹਿਲਾਂ ਮੈਂ ਖੜਿਆਲ ਸਾਹਿਬ ਦਾ ਰੁਖ ਕਰ ਲਵਾਂ। ਥੋੜੇ ਇੰਤਜ਼ਾਰ ਕਰਿਓ ਖੜਿਆਲ ਸਾਹਿਬ। ਸੀਐਮ ਸਿੱਧਾ ਕਹਿ ਰਹੇ ਨੇ ਕਿ 2 ਸਾਲ ਦੇ ਕੰਮਾਂ ਦੇ ਉੱਤੇ ਫਤਵਾ ਦੇ ਦਿਓ, ਕਿ ਕਾਂਗਰਸ ਵੀ ਉਹੀ ਕਹਿੰਦੀ ਹੈ ਕਿ 5 ਸਾਲ ਦੇ ਵਿੱਚ ਜੋ ਅਸੀਂ ਕੀਤਾ ਉਸਦੇ ਨਾਮ ਦੇ ਉੱਤੇ ਫਤਵਾ ਦੇ ਦਿਓ। ਬਿਲਕੁਲ 100%, ਤੇ ਜਿਹੜਾ ਸਾਡਾ ਨਿਆਂ ਪੱਤਰ ਹੈ ਉਹਦੇ ਬੇਸਿਸ ਤੇ ਵੀ ਹੁਣ ਬੀਜੇਪੀ ਨੇ ਜਿਹੜਾ 10 ਸਾਲ ਅਨਿਆਏ ਕੀਤਾ ਦੇਸ਼ ਦੇ ਨਾਲ, ਯੁਵਾ ਦੇ ਨਾਲ, ਕਿਸਾਨਾਂ ਦੇ ਨਾਲ, ਨਾਰੀ ਦੇ ਨਾਲ, ਉਹਦਾ ਜਵਾਬ ਦੇਣ ਦਾ ਟਾਈਮ ਆ ਗਿਆ। ਲੇਕਿਨ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਪੰਜਾਬ 'ਚ ਬੈਠੇ ਨੇ, ਪੰਜਾਬ ਦੀ ਗੱਲ ਕਰੀਏ। ਗੌਰਵ ਜੀ, ਇਹਨਾਂ ਨੇ ਕਿਹਾ 13 ਬਾਹਾਂ ਦੇ ਦਿਓ ਮੈਨੂੰ, ਮਾਨ ਸਾਹਿਬ ਕਹਿੰਦੇ। ਮੈਂ ਇੰਨੀ ਗੱਲ ਪੁੱਛੂੰਗਾ, ਤੁਸੀਂ ਕਿਉਂ ਨਹੀਂ ਚਾਹੁੰਦੇ ਕਿ ਕੋਈ ਮਹਿਲਾ ਦੀ ਵੀ ਬਾਂਹ ਹੋਵੇ, ਜਿਹੜੀ ਮਹਿਲਾ ਦੇ ਲਈ ਕੰਮ ਕਰ ਸਕੇ, ਜਿਹੜੀ ਬਾਂਹ? ਕਿਉਂਕਿ ਗੌਰਵ ਜੀ, ਆਈ ਬੀਂਗ ਅ ਲੋਇਰ, ਮੈਨੂੰ ਪਤਾ ਲੋਇਰਸ ਦੀ, ਵਕੀਲਾਂ ਦੀ ਕੀ ਮੁਸ਼ਕਲਾਂ। ਤੁਸੀਂ ਮੀਡੀਆ ਫਰਟਰਨਿਟੀ ਤੋਂ ਆਉਂਦੇ ਹੋ, ਤੁਹਾਨੂੰ ਪਤਾ ਹੈ ਕਿ ਮੀਡੀਆ ਫਰਟਰਨਿਟੀ ਦੀਆਂ ਕੀ ਮੁਸ਼ਕਲਾਂ ਹੈ। ਇੱਕ ਮਹਿਲਾ ਨੂੰ ਪਤਾ ਕਿ ਉਹਦੀਆਂ ਦਿੱਕਤਾਂ, ਉਹਦੀ ਫਰਟਰਨਿਟੀ ਦੀਆਂ ਦਿੱਕਤਾਂ ਕੀ ਹੈ, ਪ੍ਰੋਬਲਮਸ ਕੀ ਹੈ, ਤੇ ਉਹਨਾਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ। ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਨਹੀਂ ਹੈ ਕਿ ਮਹਿਲਾਵਾਂ ਦੇ ਇਸ਼ੂਜ਼ ਪਾਰਲੀਮੈਂਟ ਤੱਕ ਪਹੁੰਚਣ, ਕਿ ਮਹਿਲਾਵਾਂ ਦੇ ਗ੍ਰੀਵੈਂਸਿਸ ਇਸ਼ੂਜ਼ ਰਿਜ਼ੋਲਵ ਹੋ ਸਕਣ। ਤਾਂ ਹੀ ਕਰਕੇ ਐਂਟੀ ਵਿਮੈਨ ਚਿਹਰਾ, ਮਹਿਲਾ ਖਿਲਾਫ, ਮਹਿਲਾ ਵਿਰੋਧੀ ਚਿਹਰਾ ਆਮ ਆਦਮੀ ਪਾਰਟੀ ਦਾ ਅੱਗੇ ਆਇਆ। ਤੇ ਦੂਜੀ ਗੱਲ ਗੌਰਵ ਜੀ, ਤੁਸੀਂ ਇਹ ਦੇਖੋ, ਕਹਿੰਦੇ ਅਸੀਂ ਪ੍ਰਾਥਮਿਕਤਾ ਦਿੰਦੇ ਹਾਂ, ਪ੍ਰਾਇੋਰਟੀ ਦਿੰਦੇ ਹਾਂ ਮਹਿਲਾਵਾਂ ਨੂੰ। ਗੌਰਵ ਜੀ, ਸਿੰਪਲ ਜੀ ਸੇਇੰਗ ਹੈ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਐਕਸ਼ਨਸ ਬਿਲਕੁਲ ਆਪੋਜ਼ਿਟ ਹੈ, ਲਵਜ਼ ਜੋ ਮਰਜ਼ੀ ਕਹੀ ਚੱਲੋ, ਜਿਵੇਂ ਮਰਜ਼ੀ ਕਹੀ ਚੱਲੋ, ਜੋ ਮਰਜ਼ੀ ਕਹੀ ਚੱਲੋ, ਡਸ ਨਾਟ ਮੇਕ ਅ ਡਿਫਰੈਂਸ। ਲੋਕਾਂ ਨੇ ਵੋਟ ਪਾਉਣੀ ਔਨ ਦਾ ਬੇਸਿਸ ਆਫ ਯਰ ਐਕਸ਼ਨ। ਤੀਜੀ ਗੱਲ ਗੌਰਵ ਜੀ, ਤੁਸੀਂ ਦੇਖੋ, ਜਦੋਂ ਮਾਨ ਸਾਹਿਬ ਕਹਿੰਦੇ ਨਾ ਕਿ ਐਤਕੀ ਮੈਨੂੰ 13 ਬਾਹਾਂ ਦੇ ਦਿਓ, ਜ਼ਬਾਨਾਂ ਦੇ ਦਿਓ, ਤੇ ਫਿਰ ਦੇਖਿਓ ਮੈਂ ਕੰਮ ਕਰਦਾ, ਮਤਲਬ ਇਹਦਾ ਇਹ ਹੈ ਕਿ ਇੰਪਲਾਈ ਕਰ ਰਹੇ ਹੈ ਕਿ ਹਜੇ ਤੱਕ ਮੈਂ ਕੰਮ ਕਰ ਨਹੀਂ ਸਕਿਆ। ਤੇ ਦੂਜੀ ਗੱਲ ਇਹ ਹੈ, ਜਦੋਂ ਇਹ ਕਹਿੰਦੇ ਕਿ 13 ਬਾਹਾਂ ਦੇ ਦਿਓ, ਫਿਰ ਦੇਖਿਓ, ਮਤਲਬ ਕਿ ਗੌਰਵ ਜੀ, ਇਹ ਕਦੇ ਸੱਚਾਈ ਦੇ ਵਿੱਚ ਤਬਦੀਲ ਹੋਣਾ ਨਹੀਂ। ਤੁਹਾਨੂੰ ਵੀ ਪਤਾ 13-0 ਵਿਲ ਨੈਵਰ ਐਵਰ ਹੈਪਨ, ਹੋ ਹੀ ਨਹੀਂ ਸਕਦਾ। ਸਭ ਤੋਂ ਜਵਾਬ ਲਵਾਂਗਾ, ਤੁਹਾਨੂੰ ਲੱਗਦਾ ਕਿ ਜੇ ਮਹਿਲਾ ਨੂੰ ਟਿਕਟ ਦੇ ਦਿੱਤੀ ਗਈ ਤਾਂ ਫਿਰ ਮਹਿਲਾ ਦੇ ਲਈ ਉਹਨਾਂ ਦੇ ਉਥਾਨ ਦੇ ਲਈ ਬਿਲਕੁਲ ਸਹੀ ਕਦਮ ਚੁੱਕਿਆ ਗਿਆ? ਦੈਟਸ ਇਟ, ਇਟ ਇਜ਼ ਵੈਰੀ ਇੰਪੋਰਟੈਂਟ, ਇਟ ਇਜ਼ ਦਾ ਫਸਟ ਥਿੰਗ ਟੂ ਡੂ, ਸਟੈਪਿੰਗ ਸਟੋਨ ਹੈ ਇਹ। ਫਿਰ ਮਹਿਲਾਵਾਂ ਉੱਥੇ ਜਾਣਗੀਆਂ ਸਦਨ ਦੇ ਵਿੱਚ, ਦੱਸਣਗੀਆਂ ਕਿ ਮਹਿਲਾਵਾਂ ਦੀ ਸਕੂਲਸ ਦੇ ਵਿੱਚ, ਕਾਲਜਸ ਦੇ ਵਿੱਚ, ਘਰਾਂ ਦੇ ਵਿੱਚ ਆਹ ਮੁਸ਼ਕਲ ਹੈ, ਵਰਕ ਪਲੇਸ ਤੇ ਆਹ ਮੁਸ਼ਕਲ ਹੈ, ਇਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਇਹ ਸਾਡੇ ਨਾਲ ਵਿਤਕਰਾ ਹੁੰਦਾ, ਆਮ ਆਦਮੀ ਪਾਰਟੀ ਵਰਗੀ ਪਾਰਟੀ ਸਾਡੇ ਨਾਲ ਵਿਤਕਰਾ ਕਰਦੀ। 10 ਸੈਕਿੰਡ ਹੋਰ ਪਲੀਜ਼। ਦੂਜੀ ਗੱਲ, ਮੈਂ ਇਹ ਗੱਲ ਕਹਿ ਰਿਹਾ ਕਿ ਹੁਣ ਜਦੋਂ ਮਾਨ ਸਾਹਿਬ ਨੇ ਕਿਹਾ 13-0 ਕਰ ਦੋ, ਫਿਰ ਦੇਖਿਓ, ਮੈਂ ਉਹ ਗੱਲ ਕਹਿ ਰਿਹਾ ਸੀ ਗੌਰਵ ਜੀ, ਇਹਦਾ ਮਤਲਬ ਇਹ ਹੈ ਨਾ ਤਾਂ 13-0 ਕਦੇ ਹੋਊਗਾ ਤੇ ਨਾ ਹੀ ਇਹ ਕਦੇ ਕੰਮ ਕਰਨਗੇ। ਲੇਕਿਨ ਇਹਨਾਂ ਇੱਕ ਗੱਲ ਸੁਜੈਸਟ ਕਰਤੀ, 92 ਸੀਟਾਂ ਭਾਵੇਂ ਦੇਤੀਆਂ ਸਾਨੂੰ, ਸਾਨੂੰ ਉਹਦੇ ਨਾਲ ਕੋਈ ਕੰਸਰਨ ਨਹੀਂ ਹੈ। ਤੇ ਮਹਿਲਾਵਾਂ ਪਤਾ ਕਿਉਂ ਨਹੀਂ, ਇੱਕ ਮਿੰਟ ਸੰਗੜਾ ਸਾਹਿਬ, ਇਹਨਾਂ ਕੋਲੇ ਬੈਂਕਰਪਸੀ ਆਫ ਕੈਂਡੀਡੇਟਸ ਹੈ ਗੌਰਵ ਜੀ, ਜਾਂ ਤਾਂ ਫਾਰਮਰ ਮਿਨਿਸਟਰਸ ਨੇ ਜਾਂ ਟਰਨ ਕੋਟਸ ਨੇ, ਤੇ ਇਥੋਂ ਪਤਾ ਇਹ ਲੱਗਦਾ ਕਿ ਫਰੈਸ਼ ਕੈਂਡੀਡੇਟ, ਫਰੈਸ਼ ਚਿਹਰਾ ਹੈ ਹੀ ਨਹੀਂ ਹੈ, ਫੇਸ ਨਹੀਂ ਹੈ ਸੰਗੇੜਾ ਸਾਹਿਬ। ਜਮਾਨਤਾ ਜਬ ਤੁਸੀਂ ਦੇਖੋ, ਜਿਹੜੀਆਂ 13 ਬਾਵਾਂ ਤੁਸੀਂ ਮੰਗ ਰਹੇ ਹੋ, ਉਹਨਾਂ ਬਾਵਾਂ ਦੇ ਉੱਤੇ ਬੜਾ ਇਤਰਾਜ਼ ਹੈ ਇਹਨਾਂ ਨੂੰ। ਇਤਰਾਜ਼ ਤਾਂ ਭਗਵੰਤ ਮਾਨ ਸਾਹਿਬ ਦੀ ਲੋਕਪ੍ਰਿਯਤਾ ਤੇ ਵੀ ਆ, ਇਹਨਾਂ ਨੂੰ ਇਤਰਾਜ਼ ਤਾਂ ਜੋ ਇਹਨਾਂ ਨੂੰ ਫੀਚਰ ਦਿਸ ਰਿਹਾ ਆ, ਇਹਨਾਂ ਦਾ ਬਣਨਾ ਕੁਛ ਨਹੀਂ, ਜ਼ੀਰੋ ਤੇ ਰਹਿ ਜਾਣਾ, ਉਹਦੇ ਤੇ ਵੀ ਆ। ਖੜਿਆਲ ਸਾਹਿਬ ਨੇ ਉਹੀ ਗੱਲ ਕਰਤੀ ਨਾ ਜਿਹੜੀ ਪਹਿਲੇ ਸੈਗਮੈਂਟ 'ਚ ਕੀਤੀ ਸੀ। ਮੈਂ ਸਪਸ਼ਟ ਤੌਰ ਤੇ ਕਹਿ ਦੇ ਚੁੱਕਾ ਆ ਕਿ ਪਿਵਟਲ ਪੋਜੀਸ਼ਨਾਂ ਤੇ ਮਹਿਲਾਵਾਂ ਨੇ ਸਾਡੀ ਗਰੋਇੰਗ ਪਾਰਟੀ ਹੈ, ਡੇ ਬਾਈ ਡੇ ਪਹਿਲ ਦਿੱਤੀ ਜਾ ਰਹੀ ਹੈ। ਔਰ ਜਿਹੜਾ ਤੁਸੀਂ ਸਵਾਲ ਪੁੱਛਿਆ ਉਹ ਦੱਸ ਨਹੀਂ ਸਕੇ ਕਿ ਇਕੱਲਾ ਟਿਕਟ ਦੇਣਾ ਹੀ ਕਾਫੀ ਹੁੰਦਾ ਆ।
ਇਹਨਾਂ ਦੇ ਚਰਨਜੀਤ ਸਿੰਘ ਚੰਨੀ ਜੀ 6 ਮਹੀਨੇ ਵਾਲੇ ਮੁੱਖ ਮੰਤਰੀ ਜਲੰਧਰ ਦੇ ਵਿੱਚ ਉਹਨਾਂ ਦੇ ਘਰ ਘਰ ਪੋਸਟਰ ਲਵਾ ਤੇ ਆ ਬੀਜੇਪੀ ਨੇ ਕਿ ਮਹਿਲਾਵਾਂ ਨਾਲ ਇਹ ਛੇੜਖਾਨੀ ਕਰਦੇ ਸੀਗੇ, ਇਹਨਾਂ ਵਿਰੁੱਧ ਸ਼ਿਕਾਇਤ ਹੈ, ਇਹਨਾਂ ਵਿਰੁੱਧ ਕਾਰਵਾਈ ਹੋਵੇ। ਭਾਵੇਂ ਅਸੀਂ ਉਸ ਚੀਜ਼ ਨੂੰ ਬਹੁਤਾ ਨਹੀਂ ਚੱਕ ਰਹੇ, ਅਸੀਂ ਸਿਰਫ ਮੁੱਦਿਆਂ ਦੀ ਗੱਲ ਕਰ ਰਹੇ ਹਾਂ, ਪਰ ਇਖਲਾਕ ਤਾਂ ਲੀਡਰਾਂ ਦੇ ਹੋਣੇ ਚਾਹੀਦੇ ਆ। ਖੜਿਆਲ ਸਾਹਿਬ ਉਹਦਾ ਜਵਾਬ ਦੇਣ ਤਾਂ ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ, ਥੋੜਾ ਛੋਟਾ ਰੱਖੋ ਜਵਾਬ ਖੜਿਆਲ ਸਾਹਿਬ, ਬਹੁਤ ਛੋਟਾ ਆਨਸਰ ਰੱਖਿਓ। ਮੈਂ 40 ਜੀ ਕਿ ਅਸੀਂ ਮੁੱਦਿਆਂ ਦੀ ਗੱਲ ਕਰਦੇ ਆ। ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਮੈਂ ਮੁੱਦਿਆਂ ਤੇ ਵੋਟ ਮੰਗੂ, ਕੰਮ ਦੇ ਆਧਾਰ ਤੇ ਵੋਟ ਮੰਗੂ। ਠੀਕ ਹੈ, ਅੱਜ ਉਹਨਾਂ ਨੇ ਕੰਮ ਦੇ ਆਧਾਰ ਤੇ ਵੋਟ ਮੰਗੀ ਹੈ। ਠੀਕ ਹੈ ਖੜਿਆਲ ਸਾਹਿਬ, ਮੈਂ ਜਵਾਬ ਲੈ ਲਵਾਂ, ਸਰ ਇੱਕ ਜਵਾਬ ਲੈ ਲਵਾਂ, ਜਵਾਬ ਦੇਖੋ, ਮੁੱਦੇ ਤਾਂ ਸਾਰੇ ਨੇ, ਮਹਿਲਾਵਾਂ ਦੇ ਵੀ ਮੁੱਦੇ ਨੇ, ਬਜ਼ੁਰਗਾਂ ਦੇ ਵੀ ਮੁੱਦੇ ਨੇ, ਚੰਨੀ ਸਾਹਿਬ ਮਤਲਬ ਇਹਨਾਂ ਨੇ ਪਹਿਲਾਂ ਵੀ ਬਹੁਤ ਗੱਲਾਂ ਕੀਤੀਆਂ ਸੀਗੀਆਂ, ਪ੍ਰੈਸ ਕਾਨਫਰੰਸਾਂ ਕਰ ਕਰਕੇ ਬੜਾ ਕੁਛ ਕਿਹਾ ਸੀਗਾ। 2.25 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ, ਤੁਹਾਡੇ ਤੋਂ ਹੱਥ ਨੀ ਲਾਇਆ ਗਿਆ, ਉਂਗਲ ਵੀ ਨੀ ਲਾਈ ਗਈ। ਇਹਦਾ ਮਤਲਬ ਕੀ ਹੈ ਕਿ ਤੁਹਾਡੇ ਦਾਅਵੇ ਤੇ ਤੁਹਾਡੀਆਂ ਕਈਆਂ ਗੱਲਾਂ ਖੋਖਲੀਆਂ ਨੇ, ਹੌਲੋ ਨੇ, ਤੇ ਲੋਕ ਇਹ ਚੀਜ਼ ਦੇਖਦੇ ਆ ਵੀ ਇਕੱਲੀਆਂ ਗੱਲਾਂ ਵਾਲੀਆਂ। ਤੇ ਜੇ ਮੈਂ ਤੁਹਾਨੂੰ ਦੱਸਾਂ ਨੈਫਿਊ ਦੀ ਗੱਲ ਕਰਨੀ ਹੈ, ਹੋਰ ਗੱਲਾਂ ਕਰਨੀਆਂ, ਕੇਜਰੀਵਾਲ ਸਾਹਿਬ ਦੇ ਨੈਫਿਊ ਵੀ PWD ਸਕੈਮ ਦੇ ਵਿੱਚ ਅਲੈਜਡਲੀ ਅਰੈਸਟ ਹੋਏ ਸੀਗੇ, ਕੀ ਉਹਦਾ ਮਤਲਬ ਹੈ ਵੀ ਕੇਜਰੀਵਾਲ ਸਾਹਿਬ ਗਿਲਟੀ ਸੀਗੇ? ਦੂਜੀ ਗੱਲ ਆਮ ਆਦਮੀ ਪਾਰਟੀ ਸਰਕਾਰ ਨੂੰ ਮੈਂ ਪੁੱਛੂੰਗਾ, ਇਹ ਕਹਿੰਦੇ ਜੀ ਪਿਵੋਟਲ ਪੋਜੀਸ਼ਨਸ ਤੇ ਨਾ ਬਹੁਤ ਮਹਿਲਾਵਾਂ ਬੈਠੀਆਂ, ਉਹ ਪਿਵੋਟਲ ਪੋਜੀਸ਼ਨ ਪਾਰਲੀਮੈਂਟ ਤੋਂ ਵੱਡੀ ਕਿਹੜੀ ਹੋ ਸਕਦੀ ਹੈ ਜਿੱਥੇ ਉਹ ਲੋਕਾਂ ਦੀ ਆਵਾਜ਼ ਬਣ ਸਕਦੀਆਂ? ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡਿਸਕ੍ਰਿਮੀਨੇਟਰੀ ਬਿਹੇਵੀਅਰ ਕਰਦੀ ਹੈ, ਪੈਟਰੀਆਰਕਲ ਸੋਸਾਇਟੀ ਨਹੀਂ ਹੁੰਦੀ ਗੱਲ ਜੀ, ਮੇਲ ਡੋਮੀਨੈਂਟ ਸੋਸਾਇਟੀ, ਆ ਜਿਹਨਾਂ ਦਾ ਆਹ ਚਿਹਰਾ ਅੱਗੇ ਆਇਆ। ਤੇ ਇੱਥੇ ਹੋਰ ਫੈਲੋ ਪੈਨਲਿਸਟ ਵੀ ਅਗਰੀ ਕਰ ਰਹੇ ਇਸ ਚੀਜ਼ ਨਾਲ, ਮੈਂ ਲਾਸਟ ਚੀਜ਼ ਕਹੂੰਗਾ, ਇੱਥੋਂ ਤੱਕ ਬੀਜੇਪੀ, ਇੱਕ ਸੈਕਿੰਡ ਪਲੀਜ਼, ਡੀਮੋਨੇਟਾਈਜੇਸ਼ਨ, ਇੱਕ ਸੈਕਿੰਡ ਸਰ, ਇੱਕ ਮਿੰਟ ਪਲੀਜ਼। ਦੂਜੀ ਗੱਲ ਇਹ ਹੈ ਕਿ ਜਦੋਂ ਮੋਦੀ ਸਾਹਿਬ ਨੇ ਕਿਹਾ ਨਾ ਮੰਗਲ ਸੂਤਰ ਲਏ ਜਾਣਗੇ, ਆਹ ਲਿਆ ਜਾਊਗਾ, ਤੁਹਾਡੇ ਜਵਾਹਰਾਤ ਲਏ ਜਾਣਗੇ, ਸਾਡੇ ਮੈਨੀਫੈਸਟੋ 'ਚ ਊਂ ਤਾਂ ਉਹਦਾ ਕੋਈ ਜ਼ਿਕਰ ਨਹੀਂ ਹੈ, ਤੇ ਭਾਰਤੀ ਜਨਤਾ ਪਾਰਟੀ ਜੇ ਇਹ ਚੀਜ਼ ਦਿਖਾ ਸਕਦੀ ਹੈ ਤਾਂ ਠੀਕ ਹੈ, ਨਹੀਂ ਤਾਂ ਮਾਫੀ ਮੰਗ ਕੇ ਕੰਡੈਮ ਕਰਨ ਤੇ ਜਿਹਨੇ ਪੈਸੇ ਕਢਾਏ ਆ ਮਹਿਲਾਵਾਂ ਦੇ, ਜੇ ਉਹ ਬੀਜੇਪੀ ਹੈ ਨੋਟਬੰਦੀ ਦੇ ਰਾਹੀਂ, ਡੀਮੋਨੇਟਾਈਜੇਸ਼ਨ ਦੇ ਥਰੂ ਤੁਸੀਂ ਮਹਿਲਾਵਾਂ ਦੇ ਪੈਸੇ ਕਢਾਏ, ਜਿਹੜੇ ਕਿਚਨ ਚ ਪਏ ਸੀਗੇ, ਜਿਹੜੇ ਬੜੀ ਮੁਸ਼ਕਿਲ ਨਾਲ ਇਕੱਠੇ ਕੀਤੇ ਸੀਗੇ, ਠੀਕ ਹੈ, ਉਹ ਤਾਂ ਤੁਸੀਂ ਕਢਾਏ ਆ। ਠੀਕ ਹੈ ਕੁਲਦੀਪ ਧਾਲੀਵਾਲ ਜੀ, ਇੱਕ ਇੱਕ ਕਰਕੇ ਸਰ, ਮੈਂ ਸੰਗੜਾ ਸਾਹਿਬ ਆ ਰਿਹਾ, ਤੁਸੀਂ ਸਾਰਿਆਂ ਦਾ ਜਵਾਬ ਦੇਣਾ, ਇਸ ਕਰਕੇ ਥੋੜਾ ਜਿਹਾ ਇਕੱਠਾ ਕਰ ਲਿਓ ਤੁਸੀਂ ਆਪਣੇ ਬਿਆਨਾਂ ਵਾਲਾ। ਠੀਕ ਹੈ ਕੁਲਦੀਪ ਜੀ ਸੰਗੜਾ ਸਾਹਿਬ ਥੋੜਾ ਜਿਹਾ ਸਮਾਂ ਦਿਓ, ਭੁੱਲਰ ਜੀ ਵੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ, ਕੁਲਦੀਪ ਜੀ ਔਰ ਭੁੱਲਰ ਜੀ ਨੇ ਡਿਸਟਰਬ ਵੀ ਨਹੀਂ ਕੀਤਾ ਕਿਸੇ ਨੂੰ, ਇਸ ਕਰਕੇ ਰਿਕੁਐਸਟ ਕਰਾਂਗਾ ਕਿ ਉਹ ਆਪਣੀ ਗੱਲ ਰੱਖਣ ਦਾ ਆਪਾਂ ਸਾਰੇ ਸੁਣ ਲਈਏ। ਠੀਕ ਹੈ ਜੀ ਜੀ ਕੁਲਦੀਪ ਜੀ ਸੌਰਵ ਜੀ, ਮੈਂ ਪਹਿਲਾਂ ਤਾਂ ਜਿਹੜੀ ਇਹ ਕਾਂਗਰਸ ਨੇ ਪੰਜਾਬ ਨਾਲ ਨਫ਼ਰਤ ਦੀ ਦੁਕਾਨ ਖੋਲੀ ਤੇ ਉਦੋਂ ਬਾਅਦ ਜਿਹੜਾ ਇਹਨਾਂ ਨੇ ਅਨਿਆਂ ਕੀਤਾ ਉਹਦੀ 84 ਗਵਾਹ ਹੈ, ਦੱਸਣ ਦੀ ਜ਼ਰੂਰਤ ਨਹੀਂ ਸਾਨੂੰ। ਔਰ ਜਿਹੜਾ ਵੱਖਵਾਦ ਹੈ ਵੀ ਕਾਂਗਰਸ ਦੀ ਦੇਣ ਹੈ, ਖੜਿਆਲ ਸਾਹਿਬ ਤੁਸੀਂ ਤਾਂ ਜੰਮੇ ਨਹੀਂ ਸੀ ਉਦੋਂ, ਤੁਸੀਂ ਜੰਮੇ ਸੀਗੇ, ਜਿਹੜਾ ਇਹਨਾਂ ਦਾ ਤੁਸੀਂ ਜੰਮੇ ਸੀਗੇ, ਮੈਂ ਤਾਂ ਇਹ ਗੱਲ ਕਹੂੰਗਾ ਕਿ ਜੇ ਪਾਰਟੀ ਨੂੰ ਰੱਖ ਕੇ ਗੱਲ ਕਰੋ ਨਾ, ਪਾਰਟੀ ਦੇ ਉੱਪਰ ਗੱਲ ਕਰੋ, ਸਾਡੀ ਜ਼ਮੀਨ ਅਬਾਨੀ ਗਡਾਨੀ ਖੋਹ ਲੈਣਗੇ, ਤੁਸੀਂ ਸੀਲਿੰਗ ਐਕਟ ਲੈ ਕੇ ਆਏ ਸੀ ਜ਼ਮੀਨਾਂ ਖੋਹੀਆਂ ਕਿਸਾਨਾਂ ਤੋਂ, ਔਰ ਅੱਜ ਤੁਹਾਡਾ ਸੈਮ ਪਿਤੋਦਰਾ ਕਹਿ ਰਿਹਾ ਕਹਿੰਦਾ ਅਸੀਂ ਵੈਲਥ ਖੋਵਾਂਗੇ। ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ, ਸੰਘੇੜਾ ਸਾਹਿਬ ਨੂੰ,
ਜਿਹੜੇ ਲੋਕ ਜਾਤੀਵਾਦ ਫੈਲਾ ਰਹੇ ਹੈ, ਜਿਹੜੇ ਲੋਕ 84 ਲਈ ਜ਼ਿੰਮੇਵਾਰ ਹੈ, ਜਿਹੜੇ ਲੋਕ ਕਿਸਾਨਾਂ ਦੀਆਂ ਜ਼ਮੀਨਾਂ ਦੁਬਾਰਾ ਖੋਹਣ ਨੂੰ ਫਿਰਦੇ ਹੈ, ਜਿਹੜੇ ਲੋਕ ਸਾਡੀਆਂ ਭੈਣਾਂ ਦੇ ਮੰਗਲ ਸੂਤਰ ਖੋਹਣ ਨੂੰ ਫਿਰਦੇ ਹੈ, ਤੁਸੀਂ ਉਹਨਾਂ ਦੇ ਨਾਲ ਕਿਵੇਂ ਹੋ? ਦੇਖੋ ਪੰਜਾਬ ਦੇ ਵਿੱਚ ਇੱਕ ਵੱਖਰੇ ਤਰੀਕੇ ਨਾਲ ਵੋਟਿੰਗ ਹੁੰਦੀ ਹੈ, ਆਪਾਂ ਹਰ ਵਾਰੀ ਦੇਖਦੇ ਹਾਂ ਕੋਈ ਵੀ ਇਲੈਕਸ਼ਨ ਹੋਵੇ। ਧਾਲੀਵਾਲ ਸਾਹਿਬ, ਤੁਸੀਂ 10 ਸਾਲ ਦੇ ਕੰਮਾਂ ਦੇ ਉੱਤੇ ਵੋਟ ਮੰਗਣ ਜਾ ਰਹੇ ਹੋ ਜਾਂ ਮਾਨ ਸਾਹਿਬ ਦੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਨੂੰ ਆਧਾਰ ਬਣਾ ਕੇ ਵੋਟ ਮੰਗਣ ਜਾ ਰਹੇ ਹੋ? ਕਰਨਾ ਪਿਆ ਤੁਹਾਨੂੰ ਕਿਸਾਨਾਂ ਦਾ ਪਿਛਲੇ 5 ਸਾਲ ਦੇ ਵਿੱਚ 19 ਤੇ 24 ਦੇ ਵਿੱਚ ਪਿਛੜੇ ਬਦਲੀ ਹੈ। ਜਿਹੜੇ ਮੈਨੂੰ ਗੱਲ ਵੀ ਨੀ ਕਰਨ ਦਿੰਦੇ, ਇਹ ਸਾਰੇ ਤਿੰਨੇ ਪਾਰਟੀਆਂ ਵਾਲੇ ਵਿਰੋਧ ਕਰੀ ਜਾਂਦੇ ਆ ਸਾਡਾ। ਅਸੀਂ ਤਾਂ 15% ਇਲੈਕਸ਼ਨ ਲੜਦੇ ਸੀ, 85% ਪੰਜਾਬ ਚ ਅਸੀਂ ਹੈ ਨੀ ਸੀ, ਅਸੀਂ ਤਾਂ ਹੁਣ ਆਏ ਹਾਂ। ਉਹ ਜਿਹੜੇ ਸਾਨੂੰ ਰਵਾਇਤੀ ਪਾਰਟੀਆਂ ਕਹਿੰਦੇ, ਪੰਜਾਬ ਦੀ ਅਸੀਂ ਰਵਾਇਤੀ ਧਿਰ ਨੀ ਹੈਗੇ, ਪੰਜਾਬ ਲਈ ਅਸੀਂ ਨਵੀਂ ਧਿਰ ਹੈ ਔਰ ਪੰਜਾਬ ਸਾਨੂੰ ਪਰਖਣ ਨੂੰ ਤਿਆਰ ਬੈਠਾ, ਇਹਨਾਂ ਨੂੰ ਭਜਾਉਣ ਨੂੰ ਤਿਆਰ ਬੈਠਾ। ਚਲੋ ਠੀਕ ਥੋੜੇ ਵੇਟ ਕਰੋ, ਮੈਂ ਇੱਕ ਵਾਰੀ ਆ ਰਿਹਾ ਪੁਲਰ ਸਾਹਿਬ ਦਾ ਰਿਐਕਸ਼ਨ। ਤੁਹਾਨੂੰ ਦੱਸ ਦਿੰਦਾ, ਚਲੋ ਦੇਖੋ ਸਮਾਂ ਹੀ ਦੱਸੇਗਾ 4 ਜੂਨ ਨੂੰ 400 ਪਾਰ ਹੁੰਦਾ ਜਾਂ ਕੀ ਹੁੰਦਾ ਦੇਸ਼ ਦੇ ਵਿੱਚ। ਮੈਂ ਰੁਕ ਕਰ ਲਵਾਂ ਇੱਕ ਵਾਰ, ਪੁਲਰ ਸਾਹਿਬ ਦਾ ਬਹੁਤ ਦੇਰ ਦੇ ਇੰਤਜ਼ਾਰ ਵੀ ਕਰ ਰਹੇ ਨੇ। ਪੁਲਰ ਸਾਹਿਬ, ਇਹ ਵੋਟਾਂ ਮੰਗਣ ਵਾਲਾ ਜਿਹੜਾ ਤਰੀਕਾ ਹਰ ਕਿਸੇ ਦਾ ਆਪਣਾ ਹੈ ਕਿ ਅਕਾਲੀ ਦਲ 2007 ਤੋਂ 2017 ਦੇ ਉੱਤੇ ਫੋਕਸ ਕਰ ਰਿਹਾ ਹੈ ਕਿ ਉਸ ਸਮੇਂ ਸਾਡੀ ਸੱਤਾ ਲੋਕਾਂ ਨੇ ਦੇਖੀ ਹੈ, ਇਸ ਕਰਕੇ ਉਸ ਆਧਾਰ ਦੇ ਉੱਤੇ ਵੋਟ। ਦੇਖੋ ਤੁਸੀਂ ਜਦੋਂ ਫਤਵਾ ਮੰਗ ਰਹੇ ਹੋ ਲੋਕਾਂ ਦਾ ਆਪਣੇ ਹੱਕ ਦੇ ਵਿੱਚ, ਤਾਂ ਉੱਥੇ ਸਭ ਤੋਂ ਜ਼ਿਆਦਾ ਇੱਕ ਸ਼ਬਦ ਸੁਣ ਰਹੇ ਖੇਤਰੀ ਪਾਰਟੀ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ, ਅਸੀਂ ਕੋਈ ਫਤਵਾ ਨਹੀਂ ਮੰਗ ਰਹੇ ਉਹਨਾਂ ਦੇ ਕੋਲੋਂ ਕਿ ਸਾਨੂੰ ਫਤਵਾ ਦਿਓ ਤੁਸੀਂ। ਅਸੀਂ ਤੇ ਆਪਣੇ ਕੰਮ ਦੇ ਆਧਾਰ ਤੇ ਉਹਨਾਂ ਕੋਲੋਂ ਵੋਟ ਮੰਗ ਰਹੇ ਹਾਂ। ਅਸੀਂ ਆਪਣੇ ਕੰਮ ਦੇ ਆਧਾਰ ਤੇ, ਜਿਹੜੇ 10 ਸਾਲਾਂ 'ਚ ਕੰਮ ਕੀਤੇ ਸਾਰਾ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ, ਅਸੀਂ ਉਸ ਆਧਾਰ ਤੇ ਉਹਨਾਂ ਕੋਲ ਜਾ ਰਹੇ ਹਾਂ। ਅਸੀਂ ਇੱਥੇ ਕੋਈ ਫਤਵਾ ਜਾਂ ਕੋਈ ਇੱਥੇ ਇਹੋ ਜਿਹੀਆਂ ਗੱਲਾਂ ਨਹੀਂ ਕਰ ਰਹੇ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਕੋਈ ਕੰਮ ਕੀਤਾ ਨੀ, ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਕੋਈ ਕੰਮ ਕੀਤਾ ਨੀ। ਜਿਹੜੇ ਸ਼ੰਭੂ ਬੈਰੀ ਦੇ ਕੁੱਟੇ ਨੇ ਉਸੇ ਇਲਾਕੇ ਦੇ ਸੀਗੇ, ਮਾਝੇ ਦੇ ਸੀਗੇ ਉਹ, ਜਿਹਨਾਂ ਨੂੰ ਕੁੱਟ ਪਈ ਹੈ ਸ਼ੰਭੂ ਬੈਰੀ ਦੇ ਉੱਤੇ। ਅੜੇ ਸ਼ੰਭੂ ਬੈਰੀ ਤਾਂ ਹੁਣ ਵੀ ਬੈਠੇ ਹੋਏ ਆ, ਸਾਰੇ ਉਸੇ ਇਲਾਕੇ ਦੇ ਆ, ਮਤਲਬ ਕੋਈ ਕਿਤੇ ਬਾਹਰੋਂ ਨੀ ਆਏ ਹੋਏ। ਜਿਹਨਾਂ ਨੂੰ ਇਹ ਕਹਿੰਦੇ ਸੀਗੇ ਵੀ ਇਹ ਤਾਂ ਵਿਹਲੇ ਹੈਗੇ ਆ, ਇਸ ਕਰਕੇ ਜਾ ਕੇ ਧਰਨੇ ਦੇ ਕੇ ਬਹਿ ਜਾਂਦੇ ਆ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ, ਇੱਕ ਬੜੀ ਲੰਬੀ ਫੇਅਰ ਲਿਸਟ ਹੈ ਕੰਮਾਂ ਦੀ ਪੰਜਾਬ ਦੇ ਵਿੱਚ। ਉਸ ਇਲਾਕੇ ਦੇ ਵਿੱਚ ਪੁਲ ਬਣਾ ਕੇ ਦੁਆਬੇ ਵਾਲੇ ਪਾਸੇ ਨੂੰ ਮਾਝੇ ਵਾਲੇ ਪਾਸੇ ਨੂੰ ਜੋੜਨਾ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ 'ਚ ਹੋਇਆ। ਇੱਕ ਪੁਲੀ ਦੱਸ ਦਿਨ ਕੋਈ ਬਣਾਈ ਹੋਵੇ, ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਫਲੀ ਪੁਲੀ ਬਣਾਈ ਸੀ, ਅਸੀਂ ਤੇ ਵੱਡੇ ਵੱਡੇ ਪੁਲ ਬਣਾ ਤੇ। ਅਸੀਂ ਅੰਮ੍ਰਿਤਸਰ ਦਾ ਏਅਰਪੋਰਟ, ਜਿਹੜਾ ਇੰਟਰਨੈਸ਼ਨਲ ਏਅਰਪੋਰਟ ਬਣਾ ਦਿੱਤਾ, ਹਾਈਵੇ ਬਣ ਗਏ ਉੱਥੇ, ਸਕੂਲ ਬਣ ਗਏ, ਕਾਲਜ ਬਣ ਗਏ, ਯੂਨੀਵਰਸਿਟੀਆਂ ਬਣ ਗਈਆਂ। ਮੈਨੂੰ ਸੰਘੇੜਾ ਸਾਹਿਬ ਦੱਸ ਦਿਨ ਆਪਣੇ ਮੁੱਖ ਮੰਤਰੀ ਸਾਹਿਬ ਤੋਂ ਪੁੱਛ ਕੇ ਵੀ ਕਿਤੇ, ਮੈਂ ਪੁੱਛਿਆ ਇਹਨਾਂ ਨੂੰ, ਇਹਨਾਂ ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਵੀ ਕਿਸੇ ਇੱਕ ਸਕੂਲ ਦੀ ਇੱਟ ਵੀ ਲੱਗੀ ਹੋਵੇ ਨਵੀਂ, ਕੋਈ ਨਵਾਂ ਸਕੂਲ ਬਣਾਇਆ ਹੋਵੇ, ਕੋਈ ITI ਬਣਾਈ ਹੋਵੇ, ਕੋਈ ਹਾਸਪਿਟਲ ਬਣਾਇਆ ਹੋਵੇ, ਕੋਈ ਸੁਵਿਧਾ ਕੇਂਦਰ ਬਣਾਇਆ ਹੋਵੇ, ਕੋਈ ਨਵਾਂ ਐਜੂਕੇਸ਼ਨ ਕੰਪਲੈਕਸ ਬਣਾਇਆ ਹੋਵੇ, ਕੋਈ ਨਵੀਂ ਸੜਕ ਬਣਾਈ ਹੋਵੇ, ਕੋਈ ਮਤਲਬ ਇੱਕ ਸਿੰਗਲ ਕੰਮ ਕੋਈ ਦੱਸੋ ਕਿਹੜਾ ਕੀਤਾ ਹੋਵੇ ਇਹਨਾਂ ਨੇ। ਮੈਂ ਤੁਹਾਨੂੰ ਉਹੀ ਸਵਾਲ ਵਾਲਾ ਪਹਿਲਾਂ ਵੀ ਪੁੱਛ ਰਿਹਾ ਸੀ। ਤੁਹਾਡੇ ਬਿਆਨ ਦਾ ਮਤਲਬ ਤਾਂ ਇਹ ਹੈ ਕਿ ਫਿਰ 4 ਜੂਨ ਨੂੰ ਕਲੀਅਰ ਹੋ ਜਾਏਗਾ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਜੇ ਹੋਈਆਂ ਹੋਣਗੀਆਂ ਤਾਂ ਵੀ ਪਤਾ ਲੱਗ ਜਾਏਗਾ 4 ਜੂਨ ਨੂੰ, ਜੇ ਨਹੀਂ ਹੋਈਆਂ ਹੋਣਗੀਆਂ ਤਾਂ ਵੀ ਪਤਾ ਲੱਗ ਜਾਏਗਾ। ਇਹ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ, ਇਹ ਇੰਨੇ ਚੁੱਕੇ ਆ ਨਾ,
ਭਗਵੰਤ ਮਾਨ ਸਾਹਿਬ ਨੇ ਆਪਣੇ ਸਾਰਾ ਸਾਹਿਬ ਇੱਕ ਵਾਰੀ ਮੈਂ ਤੁਹਾਡੇ ਚਾਕਰੀ ਕਰ ਸਕਦੇ ਹੈ ਕੰਪਲੀਟ ਕਰੋ। ਦੇਖੋ ਗੌਰਵ ਜੀ, ਇਹ ਲੋਕ ਨੇ ਪ੍ਰਾਈਵੇਟ ਲਿਮਿਟਡ ਕੰਪਨੀ ਕੇਜਰੀਵਾਲ ਵੱਲੋਂ ਜਿਹੜੀ ਚਲਾਈ ਜਾਂਦੀ ਹੈ ਉਹਦੇ ਵਲੰਟੀਅਰ ਹਾਇਰ ਐਂਡ ਫਾਇਰ ਬੇਸ ਉੱਤੇ ਰੱਖੇ ਹੋਏ ਨੇ। ਕੱਲ ਨੂੰ ਸੰਘੇੜਾ ਸਾਹਿਬ ਨੂੰ ਨੀ ਪਤਾ ਵੀ ਸਵੇਰੇ ਉਹਨਾਂ ਨੂੰ ਫਾਇਰ ਕਰ ਦਿੱਤਾ ਜਾਊਗਾ ਕਿ ਹਾਇਰ ਕੀਤਾ ਜਾਊਗਾ। ਇਸ ਕਰਕੇ ਮੈਂ ਇਹਨਾਂ ਬਹੁਤਾ ਫੈਸਲਾ ਨਹੀਂ ਚਾਹੁੰਦਾ ਵੀ ਇਹ ਕੀ ਕਰ ਰਹੇ ਨੇ। ਅੱਜ ਤੁਸੀਂ ਪੰਜਾਬ ਦੇ ਵਿੱਚ ਤੇ ਹਰ ਕਿਸੇ ਨੂੰ ਚੱਕ ਕੇ ਉਹਦਾ ਕਰੈਕਟਰ ਜਿਹੜਾ ਸੀਗਾ ਉਹਨੂੰ ਉਡਾਇਆ, ਉਹਦੇ ਫਿਤੀਆਂ ਉਡਾ ਦੀਆਂ, ਚਾਹੇ ਉਹ ਚਰਜੀ ਚੰਨੀ ਹੋਵੇ। ਮੈਂ ਕਹਿੰਦਾ ਜੋ ਮਰਜ਼ੀ ਕੀਤਾ ਹੋਵੇ, ਜੇ ਤੁਸੀਂ ਕੇਸ ਕਰਦੇ ਹੋ ਤੇ ਐਫ ਆਈ ਆਰ ਦਰਜ ਕਰਦੇ, ਤੁਸੀਂ ਕਦੇ ਸੁਖੀਰ ਬਾਦਲ ਉੱਤੇ ਸ਼ੁਰੂ ਹੋ ਜਾਂਦੇ ਹੋ, ਉਹ ਜੀ ਹੋਟਲ ਫਲਾਣਾ ਭਗਾਣਾ, ਫਿਰ ਭੱਜ ਕਿਉਂ ਜਾਂਦੇ ਹੋ? ਮੁੱਖ ਮੰਤਰੀ ਸਾਹਿਬ ਫਿਰ ਪੁੱਛ ਕਿਉਂ ਲੈ ਕੇ ਦੌੜ ਜਾਂਦੇ ਨੇ? ਕੱਲ ਕੇਸ ਕੀ ਕਰਨਾ? ਮੈਂ ਦੱਸਦਾ, ਮੈਂ ਸਿੱਧਾ ਪੁੱਛਦਾ, ਫਿਰ ਉਹਦੇ ਨਾਗਰਿਕ ਡਾਂਸ ਨੂੰ ਕਰਦੇ ਜਾ ਕੇ? ਚਲੋ ਜਵਾਬ ਲੈ ਲੈਣ ਦੋ, ਜਵਾਬ ਲੈ ਲੈਣ ਦੋ, ਠੀਕ ਹੈ, ਥੋੜਾ ਜਿਹਾ ਰਿਐਕਸ਼ਨ ਰੱਖੋ, ਥੋੜਾ ਰਿਐਕਸ਼ਨ ਰੱਖੋ, ਉੱਥੇ ਫਿਰ ਠੀਕ ਹੈ, ਮੇਰੇ ਤੋਂ ਸਮਾਂ ਖਤਮ ਹੋ ਰਿਹਾ ਜੀ। ਬੀਜੇਪੀ ਨੂੰ ਮੈਂ ਇੰਨੀ ਗੱਲ ਹੀ ਪੁੱਛੂਗਾ, ਆ ਜਿਹੜੀ ਹੇਟ ਸਪੀਚ ਦੇ ਕਰਨ ਰਿਮਾਰਕਸ ਤੁਸੀਂ ਪਾਸ ਕੀਤੇ ਹੈ, ਇਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਇੱਕ ਪਟੀਸ਼ਨ 'ਚ 17,000 ਸਾਈਨ ਹੋਏ ਹੈ ਹਿੰਦੁਸਤਾਨ ਦੇ ਸਿਟੀਜ਼ਨਸ ਦੁਆਰਾ, ਤੇ ਇੱਕ ਪਟੀਸ਼ਨ 'ਚ 2200 ਜਣੇ ਨੇ ਸਾਈਨ ਕੀਤੇ, ਤੇ ਮੋਦੀ ਸਾਹਿਬ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਹੈ। ਦੂਜੀ ਗੱਲ, ਕੌਣ ਨੇ ਜੀ ਕੁਛ ਬੈਠੀਏ, ਕਿੰਨਾ ਦੇ ਜਵਾਬ ਜ਼ਿਆਦਾ ਹੁੰਦੇ ਹੈ, ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਘਬਰਾਹਟ ਅੱਗੇ ਆ ਰਹੀ ਹੈ, ਕਿਉਂਕਿ ਸਾਊਥ 'ਚ ਸਾਫ਼ ਨੌਰਥ 'ਚ ਰਹਿ ਜਾਣਗੇ ਹਾਫ਼, ਇਹ ਹੋਊਗਾ ਬੀਜੇਪੀ ਦਾ ਗ੍ਰਾਫ਼। ਤੀਜੀ ਗੱਲ ਇਹ ਇਨਹੈਰੀਟੈਂਸ ਟੈਕਸ ਦੀ ਗੱਲ ਕਰਦੇ ਹੈ, ਇਨਹੈਰੀਟੈਂਸ ਟੈਕਸ ਬਾਰੇ ਮੈਂ ਦੋ ਚੀਜ਼ਾਂ ਕਹੂੰਗਾ। ਇੱਕ ਤਾਂ ਜਾ ਕੇ ਪਤਾ ਕਰ ਲੈਣ, ਰਾਜੀਵ ਗਾਂਧੀ ਜੀ ਨੇ 1985 ਦੇ ਵਿੱਚ ਸਟੇਟ ਡਿਊਟੀ ਨੂੰ ਖਤਮ ਕੀਤਾ ਸੀ। ਮੈਨੂੰ ਮਜਬੂਰਨ ਥੋੜੇ ਟਾਈਮ 'ਚ ਬੋਲਣਾ ਪੈਣਾ ਧਾਲੀਵਾਲ ਸਾਹਿਬ, ਤਾਂ ਕਰਕੇ ਬੇਨਤੀ ਕਰਦਾ ਸੁਣ ਲਓ, ਮਜਬੂਰਨ ਬੋਲਣਾ ਪੈਣਾ, ਹੁਣ ਸੁਣ ਲਓ। 1985 'ਚ ਰਾਜੀਵ ਗਾਂਧੀ ਜੀ ਨੇ ਸਟੇਟ ਡਿਊਟੀ ਖਤਮ ਕੀਤੀ। ਦੂਜਾ, ਤੁਹਾਡੇ ਜਯੰਤ ਸਿਨਹਾ ਤੇ ਤੁਹਾਡੇ ਅਰੁਣ ਜੇਟਲੀ ਸਾਹਿਬ ਨੇ ਇਨਹੈਰੀਟੈਂਸ ਟੈਕਸ ਦੇ ਫੇਵਰ 'ਚ ਬਿਆਨ ਦਿੱਤੇ ਹੈ, ਤੁਹਾਡਾ ਕੀ ਸਟੈਂਡ ਹੈ? ਤੇ ਤੀਜਾ, ਪਿੰਡਾਂ 'ਚ ਤੁਹਾਡੇ ਲੀਡਰਾਂ ਨੂੰ ਵੜਨ ਤਾਂ ਦੇ ਨਹੀਂ ਰਹੇ, ਹੰਸਰਾਜ ਹੰਸ ਜੀ ਹੋ ਗਏ, ਪ੍ਰਨੀਤ ਕੌਰ ਜੀ ਹੋ ਗਏ, ਦਿਨੇਸ਼ ਜੀ ਹੋ ਗਏ, ਔਰ ਸਾਰੇ ਤੁਹਾਡੇ 5-6 ਲੀਡਰਾਂ ਨੂੰ ਵੜਨ ਤਾਂ ਦਿੰਦੇ ਨਹੀਂ ਪਏ। ਉਹਦਾ ਕਾਰਨ ਇਹ ਹੈ ਕਿ ਬੀਜੇਪੀ ਦਾ ਪੰਜਾਬ ਵਿਰੋਧੀ ਚਿਹਰਾ ਸਾਰੇ ਪੰਜਾਬ ਨੇ ਦੇਖਿਆ, ਤਾਂ ਜਵਾਬ ਕਰਨ ਮਿਲੂਗਾ। ਲਾਸਟ ਚੀਜ਼ ਇਹ ਕਾਂਗਰਸ ਦੀ ਗੱਲ ਕਰ ਸੀ, ਮਾਨ ਲਾਸਟ ਪੁਆਇੰਟ ਹੋ ਗਈ, ਸਾਡਾ ਮੈਨੀਫੈਸਟੋ ਕਹਿੰਦਾ 50% ਰਿਜ਼ਰਵੇਸ਼ਨ ਮਹਿਲਾਵਾਂ ਲਈ ਸੈਂਟਰਲ ਗਵਰਨਮੈਂਟ ਜੋਬਸ ਦੇ ਵਿੱਚ, ਸਾਡਾ ਮੈਨੀਫੈਸਟੋ ਕਹਿੰਦਾ 1 ਸਾਲ ਦਾ 1,00,000 ਰੁਪਿਆ ਗਰੀਬ ਪਰਿਵਾਰਾਂ ਨੂੰ ਮਹਿਲਾਵਾਂ ਦੇ। ਸੰਘੇੜਾ ਸਾਹਿਬ ਦੇਖੋ ਜੀ, ਮੈਂ ਭੁੱਲਰ ਸਾਹਿਬ ਦੀ ਗੱਲ ਦਾ ਜਵਾਬ ਦੇ ਦੇਵਾਂ। ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਇੱਟ ਨਹੀਂ ਲਾਈ ਆਪਣਾ 7-17 ਹੋਟਲ ਬਣਾਉਣ ਲਈ, ਕਿਸੇ ਦੇ ਵਪਾਰ ਚ ਹਿੱਸਾ ਨੀ ਪਾਇਆ। ਤੁਹਾਡੇ ਬਾਪੂ ਨੂੰ ਪੈਸੇ ਲੁਟਾ ਕੇ ਦਿੱਲੀ ਦਾ ਲਾਲੇ ਨੂੰ 75,000 ਕਰੋੜ ਰੁਪਏ ਟਿਕਾ ਗਿਆ ਤੁਸੀਂ ਪੰਜਾਬ ਦਾ, 75,000 ਕਰੋੜ ਦਾ ਕਰਜ਼ਾ ਚੜ੍ਹਦਾ, ਤੇ ਆ ਇੱਕ ਮਹੀਨੇ ਦੇ ਵਿੱਚ 2,500 ਕਰੋੜ ਰੁਪਇਆ ਹੋਰ ਖਾ ਗਿਆ ਤੁਸੀਂ ਗੱਲਾਂ ਕਰ ਰਹੇ ਹੋ। ਆਪਣੇ ਬਾਪੂ ਨੂੰ ਖੁਸ਼ ਕਰਨ ਵਾਸਤੇ ਦਿੱਲੀ ਵਾਲੇ ਨੇ ਤੁਸੀਂ ਪੈਸਾ ਸਾਰਾ ਪੰਜਾਬ ਦਾ ਟਿਕਾ ਲਿਆ। ਸੰਘੇੜਾ ਸਾਹਿਬ
ਤਾਂ ਬਾਬਾ ਉਮਰ ਬੈਠਾ ਤਾਂ ਹੀ ਬਾਪੂ ਤੁਹਾਡਾ ਉਮਰ ਬੈਠਾ ਹੁਣ ਪੈਸਾ ਲੁੱਟਿਆ ਨਾ ਚੋਰੀਆਂ ਕੀਤੀਆਂ ਠੱਗੀਆਂ ਮਾਰੀਆਂ ਤਾਂ ਹੀ ਬਾਪੂ ਜੀ ਅੰਦਰ ਬੈਠੇ ਤੁਹਾਡੇ ਤਾਂ ਹੀ ਬਾਪੂ ਜੀ ਅੰਦਰ ਬੈਠੇ ਚਲੋ ਸ਼ੁਕਰੀਆ ਮੈਨੂੰ ਵਿਚਾਲੇ ਰੋਕਣਾ ਪਏਗਾ ਸਮਾਂ ਖਤਮ ਹੋ ਚੁੱਕਾ ਮੇਰੇ ਕੋਲ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ